ਸਤਿ ਸ਼੍ਰੀ ਅਕਾਲ ਜੀ। ਸੋ ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ। ਜਿਵੇਂ ਕਿ ਅਸੀਂ ਇੱਕ ਇਸ ਪਲੇਟਫਾਰਮ ਤੋਂ ਜਿਹੜੇ PCS ਦਾ ਰਜਿਸਟਰ ਦਾ ਪੇਪਰ ਦੇ ਰਹੇ ਜਾਂ ਵੈਸੇ PCS ਦਾ ਪੇਪਰ ਦੇ ਰਹੇ ਆ, ਉਹਨਾਂ ਦੇ ਦਿਮਾਗ 'ਚ ਇੱਕ ਕਰਿਓਸਿਟੀ ਹੁੰਦੀ ਹੈ ਨਾ ਕਿ PCS ਦੇ ਪੇਪਰ 'ਚ ਕਿਸ ਤਰੀਕੇ ਦੇ MCQs ਪੁੱਛੇ ਜਾਂਦੇ ਆ। ਸੋ ਜਿੰਨੇ 2014, 17, 14, 18 ਤੇ 19 'ਚ ਜਿਹੜੇ ਪੇਪਰ ਹੋਏ ਆ PCS ਐਗਜ਼ੈਕਟਿਵ ਬ੍ਰਾਂਚ ਦੇ, ਠੀਕ ਆ, ਜਿਹੜੇ ਸਿੱਧੇ PCS ਲੱਗਦੇ ਆ, ਉਹਨਾਂ ਦਾ ਪੇਪਰ ਜਿਹੜਾ ਕਿ PCS ਦੇ ਪ੍ਰੀ ਦੇ ਲੈਵਲ ਤੋਂ ਵੀ ਉੱਪਰ ਹੋ ਜਾਂਦਾ ਹੈ। ਸੋ ਉਸ PCS ਰਜਿਸਟਰ ਦਾ ਜਿਹੜਾ ਪੇਪਰ ਆ, ਜਿਹੜੇ ਅੱਜ ਤੱਕ ਸਿਰਫ 3 ਪੇਪਰ ਹੀ 2010 ਤੋਂ ਬਾਅਦ ਹੋਏ ਆ, ਉਹਨਾਂ ਤਿੰਨਾਂ ਦੇ ਮਾਡਰਨ ਹਿਸਟਰੀ 'ਚੋਂ ਕੱਢ ਕੇ 20 ਸਵਾਲ ਜਿਹੜੇ ਉਹਨਾਂ ਤਿੰਨਾਂ ਪੇਪਰਾਂ 'ਚ ਆਏ ਆ। ਹਰ ਸਾਲ ਉਹ 'ਚੋਂ 7-7 ਸਵਾਲ ਆਇਆ, 7-7-8। ਸੋ ਉਹ ਸਵਾਲ ਅਸੀਂ ਕੱਢ ਕੇ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਤਾਂ ਜੋ ਤੁਹਾਨੂੰ ਇਹ ਵੀ ਪਤਾ ਲੱਗ ਸਕੇ ਕਿ ਜੋ ਅਸੀਂ ਆਪਣੇ ਕੋਰਸ 'ਚ PCS ਲੈਵਲ ਵਾਲੇ ਰਜਿਸਟਰ ਦੇ ਕੋਰਸ ਜਾਂ ਨੋਰਮਲ PCS ਪ੍ਰੀ ਮੇਨਸ 'ਚ ਕਰਾਉਂਦੇ ਹਾਂ ਕਿ ਉਹ ਇਸ ਪੱਧਰ ਦਾ ਹੈਗਾ ਕਿ ਉਹ ਵਾਕਈ PCS ਦੇ ਪੁਰਾਣੇ ਸਵਾਲਾਂ ਨੂੰ ਕਵਰ ਕਰਦਾ ਕਿ ਨਹੀਂ। ਅਤੇ ਸਵਾਲ ਕੀ ਬੜੇ ਹਲਕੇ ਜਿਹੇ ਲੈਵਲ ਦੇ ਆਏ ਆ, ਕਿਉਂਕਿ ਕਈ ਵਾਰੀ ਆਪਾਂ ਨੂੰ MCQs ਪੜ੍ਹਾਉਣ ਵਾਲੇ YouTube 'ਤੇ ਕੁਛ ਵੀ ਪੜ੍ਹਾਈ ਜਾਂਦੇ ਆ, ਅਸਲੀਅਤ ਉਦੋਂ ਪਤਾ ਲੱਗਦੀ ਹੈ ਜਦੋਂ ਸਵਾਲ ਐਗਜ਼ੈਕਟਲੀ ਉਹੀ ਚੱਕੇ ਹੋਣ। ਸੋ ਗਿਣ ਕੇ ਉਹੀ 20 ਸਵਾਲ ਚੱਕੇ ਆ ਜੋ ਪੇਪਰ 'ਚ ਆਏ ਹੋਏ ਆ। ਸਭ ਤੋਂ ਪਹਿਲਾ ਸਵਾਲ ਆ ਗਿਆ ਆਪਣੇ ਕੋਲ, ਕਹਿੰਦੇ ਜੀ ਇਹ 3-4 ਇਵੈਂਟ ਦਿੱਤੇ ਆ, 5 ਘਟਨਾਵਾਂ ਦਿੱਤੀਆਂ ਨੇ, ਇਹਨਾਂ ਨੂੰ ਕਰਨੋਲਜੀ 'ਚ ਲਾਓ। ਮਿੰਟੋ ਮੋਰਲੇ ਸੁਧਾਰ, ਤੁਹਾਨੂੰ ਪਤਾ ਹੈ ਕਿ ਮਿੰਟੋ ਗਵਰਨਰ ਜਨਰਲ ਸਾਡੇ ਦੇਸ਼ ਦਾ ਅਤੇ ਮੋਰਲੇ ਆਪਣਾ ਸੈਕਟਰੀ ਆਫ ਸਟੇਟ, ਇਹ ਦੋਵੇਂ ਸ਼ਖਸਾਂ ਦੇ ਨਾਂ ਨੇ ਇੱਕ ਐਕਟ ਇੰਡੀਆ 'ਚ ਲਿਆਂਦਾ ਸੀ, ਇੰਡੀਅਨ ਕੌਂਸਿਲ ਐਕਟ 1909, ਯਾਦ ਆ ਨਾ, ਜਿਹ 'ਚ ਮੁਸਲਮਾਨਾਂ ਨੂੰ ਸੈਪਰੇਟ ਇਲੈਕਟੋਰੇਟ ਮਿਲਿਆ ਸੀਗਾ, ਪਹਿਲੀ ਵਾਰੀ ਭਾਰਤ ਦਾ ਕੋਈ ਮੰਤਰੀ ਬਣਿਆ ਸੀਗਾ, ਐਗਜ਼ੈਕਟਿਵ ਕੌਂਸਿਲ 'ਚ ਆ ਗਿਆ ਸੀ। ਸੋ ਇਹ ਐਕਟ 1909 'ਚ ਆਇਆ ਸੀ, ਅਤੇ ਜਿਨ੍ਹਾਂ ਨੇ ਤੁਹਾਡੇ 'ਚੋਂ ਚੰਗੀ ਤਰ੍ਹਾਂ ਪੜ੍ਹਿਆ ਕਿ ਕਾਂਗਰਸ ਜਦੋਂ ਨਰਮ ਖਿਆਲੀਆਂ ਅਤੇ ਗਰਮ ਖਿਆਲੀਆਂ ਮੋਡਰੇਟਸ ਅਤੇ ਐਕਸਟ੍ਰੀਮਿਸਟਾਂ 'ਚ ਵੰਡੀ ਗਈ ਸੀ, 1905 ਤੋਂ ਇਹ ਰੌਲਾ ਸ਼ੁਰੂ ਹੋਇਆ ਸੀ, ਅਤੇ ਫਾਈਨਲੀ 1907 'ਚ ਜਿਹੜਾ ਕਾਂਗਰਸ ਦਾ ਸੈਸ਼ਨ ਹੋਣਾ ਤਾਂ ਨਾਗਪੁਰ ਸੀਗਾ ਪਰ ਹੋਇਆ ਸੂਰਤ 'ਚ, ਉੱਥੇ ਜਾ ਕੇ ਫਿਰ ਕਾਂਗਰਸ 2 ਫਾੜ ਹੋ ਗਈ, ਠੀਕ ਆ। ਇਸ ਸੈਸ਼ਨ ਦੀ ਪ੍ਰਧਾਨਗੀ ਕਿੰਨੇ ਕੀਤੀ 1907 ਵਾਲੇ ਦੀ, ਪਤਾ ਹੋਊਗਾ ਤੁਹਾਨੂੰ। ਰੋਇਲ ਟੈਕਟ, ਕਈ ਲੋਕਾਂ ਨੂੰ ਇਹ ਨਹੀਂ ਪਤਾ ਕਿ ਵਟ ਇਜ਼ ਰੋਇਲ ਟੈਕਟ, ਅਸਲ 'ਚ ਕੀ ਸੀਗਾ, 1918 ਦੇ ਵਿੱਚ ਨਾ ਇੱਕ ਰੋਇਲਟ ਕਮੇਟੀ ਬਣਾਈ ਸੀ ਸਰ ਰੋਇਲਟ ਦੇ ਅੰਡਰ, ਜਿਹੜੀ ਇਸ ਕਰਕੇ ਬਣਾਈ ਸੀ ਕਿ World War I 'ਚ ਜਿਹੜੇ ਭਾਰਤੀ ਥੋੜ੍ਹਾ ਜਿਹਾ ਸੁਰ ਚੱਕ ਰਹੇ ਸੀ ਅੰਗਰੇਜ਼ਾਂ ਦੇ ਖਿਲਾਫ, ਉਹਨਾਂ ਨੂੰ ਸਪਰੈਸ ਕਰਨ ਵਾਸਤੇ ਇੱਕ ਰੈਵੋਲੂਸ਼ਨਰੀ ਐਂਡ ਅਨਾਰਕੀਕਲ ਐਂਡ ਰੈਵੋਲੂਸ਼ਨਰੀ ਐਕਟੀਵਿਟੀਜ਼ ਕੰਟਰੋਲ ਐਕਟ ਪਾਸ ਕੀਤਾ ਸੀਗਾ, ਉਹਨੂੰ ਰੋਇਲਟ ਐਕਟ ਇਸ ਕਰਕੇ ਕਹਿ ਦਿੰਦੇ ਕਿਉਂਕਿ ਸਰ ਰੋਇਲਟ ਕਮੇਟੀ ਨੇ ਕਿਹਾ ਸੀ ਕਿ ਇਹ ਐਕਟ ਹੋਣਾ ਚਾਹੀਦਾ ਜਿਹਦੇ ਨਾਲ ਭਾਰਤ 'ਚ ਕਿਸੇ ਵੀ ਬੰਦੇ ਨੂੰ, ਮਤਲਬ ਕਿ ਸ਼ੱਕ ਦੇ ਬੁਨਾਹ 'ਤੇ ਚੱਕ ਕੇ ਬਿਨਾਂ ਟ੍ਰਾਇਲ ਤੋਂ ਜੇਲ੍ਹ 'ਚ ਪੀਸਿਆ ਜਾ ਸਕਦਾ ਹੈ। ਸੋ ਇਹ ਐਕਟ 1918 'ਚ ਆਇਆ ਸੀ ਅਤੇ 1919 'ਚ ਲਾਗੂ ਹੋ ਗਿਆ ਸੀਗਾ। ਉਸ ਤੋਂ ਬਾਅਦ ਕਹਿੰਦੇ ਸਾਲਟ ਸੱਤਿਆਗ੍ਰਹਿ, ਜਿਹਨੂੰ ਅਸੀਂ ਨਮਕ ਅੰਦੋਲਨ ਕਹਿੰਦੇ ਹਾਂ, ਤੁਹਾਡੇ 'ਚੋਂ ਬੜਿਆਂ ਨੇ ਸਿਵਲ ਡਿਸਓਬੀਡੈਂਸ ਮੂਵਮੈਂਟ ਪੜ੍ਹੀ ਹੋਊਗੀ ਮਹਾਤਮਾ ਗਾਂਧੀ ਦੀ, ਜਿਹਨੂੰ ਨਾ ਫਰਮਾਨੀ ਅੰਦੋਲਨ ਵੀ ਕਿਹਾ ਜਾਂਦਾ 1930 ਵਾਲਾ, ਜਿਹਦੇ 'ਚ ਮਹਾਤਮਾ ਗਾਂਧੀ 12 ਮਾਰਚ ਨੂੰ ਨਮਕ ਅੰਦੋਲਨ ਕਰਦੇ ਆ ਆਪਣੇ ਸਾਬਰਮਤੀ ਵਾਲੇ ਆਸ਼ਰਮ ਤੋਂ, ਠੀਕ ਆ, ਚੱਲਦਾ ਕਿੱਥੋਂ ਤੱਕ ਆ, ਫਾਈਨਲੀ ਉਹ ਪਹੁੰਚਦੇ ਆ 490 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਡਾਂਡੀ ਗੁਜਰਾਤ 'ਚ ਹੀ ਇੱਕ ਪਿੰਡ ਆ। ਸੋ ਉਹਨੂੰ ਸੱਤਿਆਗ੍ਰਹਿ ਕਿਹਾ ਗਿਆ ਸੀ ਸਾਲਟ ਵਾਲਾ। ਆਜ਼ਾਦੀ ਤੋਂ ਬਾਅਦ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਮਹਾਤਮਾ ਗਾਂਧੀ ਦੇ ਇੱਕ ਸ਼ਿਸ਼ਯ, ਮਤਲਬ ਉਹਨਾਂ ਦੇ ਇੱਕ ਚੇਲੇ ਸੀਗੇ, ਨਾਮ ਸੀ ਉਹਨਾਂ ਦਾ ਆਪਣਾ ਵਿਨੋਬਾ ਭਾਵੇ, ਗਾਂਧੀਅਨ ਸੀ ਵਿਚਾਰਧਾਰਾ ਤੋਂ, ਉਹਨਾਂ ਨੇ ਦੇਸ਼ ਦੇ ਅਮੀਰਾਂ ਅੱਗੇ ਇੱਕ ਮੰਗ ਰੱਖੀ ਕਿ ਉਹ ਆਪਣੀ ਭੂਮੀ ਦਾਨ ਕਰਨ, ਈਵਨ ਕਿ ਵੱਡੇ ਵੱਡੇ ਅਮੀਰਾਂ ਨੂੰ ਤਾਂ ਆਪਣੇ ਪਿੰਡਾਂ ਦੇ ਪਿੰਡ ਦਾਨ ਕਰਨ ਵਾਸਤੇ ਕਹਿਤਾ ਸੀ, ਗ੍ਰਾਮ ਦਾਨ। 1951-52 'ਚ ਇਹ ਮੂਵਮੈਂਟ ਭਾਰਤ 'ਚ ਚੱਲਦੀ ਹੈ, ਭੂਦਾਨ ਮੂਵਮੈਂਟ, ਭੂਮੀ ਦਾਨ ਕਰੋ ਤਾਂ ਕਿ ਗਰੀਬਾਂ ਅਤੇ ਅਮੀਰਾਂ 'ਚ ਫਾਸਲਾ ਘੱਟ ਸਕੇ। ਸੋ ਇਹਨੂੰ ਤੁਸੀਂ 1952 ਮੰਨ ਕੇ ਚੱਲੋ। ਸੋ ਜੇ ਮੈਂ ਇਹਨਾਂ ਸਾਰੀਆਂ ਸਟੋਰੀਆਂ ਨੂੰ ਜੋ ਮੈਂ ਤੁਹਾਨੂੰ ਐਕਸਪਲੇਨ ਕੀਤਾ ਇਹਨੂੰ ਲਾਈਨ ਵਾਈਜ਼ ਲਾਉਣ ਦੀ ਕੋਸ਼ਿਸ਼ ਕਰਾਂ, ਤਾਂ ਇਹਨਾਂ 'ਚੋਂ ਮੇਰੇ ਹਿਸਾਬ ਨਾਲ ਸਭ ਤੋਂ ਪਹਿਲਾਂ ਆਉਂਦਾ ਜੀ 2, ਉਸ ਤੋਂ ਬਾਅਦ ਆਉਂਦਾ ਜੀ 1, ਉਸ ਤੋਂ ਬਾਅਦ ਆਉਂਦਾ 3, ਉਸ ਤੋਂ ਬਾਅਦ 4 ਅਤੇ ਉਸ ਤੋਂ ਬਾਅਦ 5, 2, 1, 3, 4 ਅਤੇ 5। ਕਹਾਣੀ ਵੀ ਬਿਲਕੁਲ ਐਵੇਂ ਹੀ ਆ। ਇੰਡੀਅਨ ਕੌਂਸਿਲ ਐਕਟ, ਠੀਕ ਆ, ਭਾਰਤੀ ਪਰਿਸ਼ਦ ਅਧੀਨਿਯਮ 1909 ਜਿਹੜਾ ਸੀ, ਜਿਹੜਾ ਬ੍ਰਿਟਿਸ਼ ਪਾਰਲੀਮੈਂਟ ਨੇ ਪਾਸ ਕੀਤਾ ਸੀ ਜਦੋਂ ਸੈਕਟਰੀ ਆਫ ਸਟੇਟ ਮੋਰਲੇ ਸੀ ਅਤੇ ਵਾਈਸ ਰਾਏ ਆਫ ਇੰਡੀਆ 4th ਅਰਲ ਆਫ ਮਿੰਟੋ ਸੀ। ਅਰਲ ਵਗੈਰਾ ਇਹ ਕੀ ਹੁੰਦਾ ਹੈ, ਇਹ ਪਦਵੀਆਂ ਦੇ ਨਾਮ ਆ ਕਿ ਉਹਨਾਂ 'ਚ ਇੰਗਲੈਂਡ ਗੋਰਿਆਂ ਨੂੰ ਜੋ ਉੱਥੋਂ ਦੇ ਰਾਜੇ ਮਹਾਰਾਜਿਆਂ ਨੇ ਪਦਵੀਆਂ ਦਿੱਤੀਆਂ ਸੀ ਉਹ। ਸੂਰਤ ਦਾ ਸੈਸ਼ਨ 1907 'ਚ ਹੋਇਆ ਸੀ ਜਿਹਦੇ 'ਚ ਗਰਮ ਖਿਆਲੀ ਅਤੇ ਨਰਮ ਖਿਆਲੀ ਆਪਸ 'ਚ ਵੰਡੇ ਗਏ ਸੀ। ਤਿਲਕ, ਲਾਲਾ ਲਾਜਪਤ ਰਾਏ ਅਤੇ ਬਿਪਿਨ ਚੰਦਰਨ ਪਾਲ ਗਰਮ ਖਿਆਲੀ ਸੀਗੇ। ਗੋਖਲੇ ਹੋ ਗਏ, ਆਪਣੇ ਦਾਦਾ ਭਾਈ ਨਾਰੋ ਜੀ ਹੋ ਗਏ, ਰਾਸ਼ ਬਿਹਾਰੀ ਗੋਸ਼ ਹੋ ਗਏ, ਇਹ ਨਰਮ ਖਿਆਲੀ ਸੀ। ਰੋਇਲਟ ਐਕਟ, ਜਿਹਨੂੰ ਸਹੀ 'ਚ ਅਨਾਰਕੀਕਲ ਐਂਡ ਰੈਵੋਲੂਸ਼ਨਰੀਜ਼
क्राइम एक्ट मतलब कि अराजकता अते क्रांतिकारी गतिविधियां रोकू अधिनियम 1919 किया गया सी। इनू सर रॉयल्ट दी कमेटी ने पास कर किया सीगा। इहदे च किया सी शक दे आधार ते बिना बंदे नू बिना ट्रायल तो 2 साल वास्ते जेल च पीसिया जा सकता है। सो ये 1919 च पास होया सी। साल्ट सत्याग्रह जिन्हों के साल्ट डांडी मार्च भी कहा जाता है, सिविल डिसओबीडेंस मूवमेंट भी सी। 12 मार्च तो 6 अप्रैल तक महात्मा गांधी 490 किलोमीटर का सफ़र तय करके डांडी पहुँचे सी। ये 1930 की घटना है। भूदान मूवमेंट जिन्हों के विनोबा भावे ने शुरू किया सी, महात्मा गांधी के बड़े मशहूर चेले रहे हैं, तो ये भारत च पहले आ जिन्हों एशिया का नोबल किया जाने वाला रमन मैगसेसे अवार्ड मिले है। रमन मैगसेसे जानते हो, रवीश कुमार जानते हो, लभ्य आपे इन्हों दो जाने बारे, एक बारे यूट्यूब भरया होया है तो रमन मैगसेसे बारे पढ़ लियो, आ कहानी समझ आई गई होगी। नैक्सट दूजे क्वेश्चन से आ जाओ। कहिंदे किड्डा चलाकी वाला सवाल, मॉडर्न हिस्टरी का बड़ा इंट्रस्टिंग सवाल, मैं मन गया इस सवाल नूं, ईवन के सवाल पढ़ के एक बार बोंदल वाला काम आ। कहिंदे इन्हां हेठ लिखे चार ऑप्शन चो डच वालिया ने जिहड़े अंग्रेज इंडिया डच इंडिया च आए सी, उन्होंने अपनी सब तो पहली फैक्टरी अर्लीएसट सब तो इन्हां चो सब तो पहली फैक्टरी कित्थे लई है। वैसे जदों असीं किसी नूं तैयारी कराने ना तो असीं एक गल कहिंदे हुंदे कि रट्टा मारो, पुर्तगाली जिहड़े आ जी पुर्तगाली जिहड़े आ उह 1502 च आए सीगे, मतलब 3 कह लो 2 कह लो, उन्होंने केरला के कैलीकट च अपनी पहली फैक्टरी लाई है। डच वाले 1605 च आए सी, उन्होंने पहली फैक्टरी आंध्रा के मसलीपतन में लाई है। अंग्रेज सूरत च अपनी पहली फैक्टरी लाउंदे आ, ते डेनमार्क वाले त्रिनकपुर तमिलनाडु च, ते फ्रांस वाले भी सूरत च। ये हो गई इन्हां दियां पहलियां पहलियां फैक्टरियां, ते कदों कदों ये आए इंडिया चों। ते जे इन्हां दे जाण दा सफर देख लीए, ये 1800 च गए आ भारत चों, ठीक है जी। पुर्तगाली 1961 च सब तो लेट गए आ, सब तो पहला आए आ। इंग्लिश 1947 च गए आ भारत चों। डेंज 1869 च गए आ जी भारत चों, ते फ्रांस वाले 1954 च पुडुचेरी लास्ट च छड्ड के गए आ। अंग्रेजां दी आजादी तो बाद 2 गए आ, एक फ्रेंच ते एक पुर्तगीज़, सब तो पहला गए आ जी डच, ते आए 1605 च सी। चलाकी ये नहीं गी, चलाकी ये आ कि डच ईस्ट इंडिया कंपनी जी 1602 च बनी तो इंडिया पहुँचती है। सब तो पहली फैक्टरी मसलीपतन लाउंदी आ, ऑप्शन च ही है नहीं। फिर देखो ऑप्शन च की आ, इस तो बाद दूजी फैक्टरी फिर वो पुलीकट लाउंदे आ, मतलब जे मसलीपतन ऑप्शन च हुंदा तो फिर आप मसलीपतन लाउंदे, पर फिर पुलीकट, पुलीकट तो बाद सूरत च लाउंदे आ, ते फिर वो बीमीपट्टनम च लाउंदे आ, फिर चंसूरा वैसट बंगाल जाके लाउंदे आ। किड्डा घेंट सवाल, मतलब एक बंदे दी वध खज्जल खुआरी कराई जा रही है। ये आ जी PCS दा लैवल, जिहड़ा कि ए पता लगता कि हाँ लैवल हैगा है। नैक्सट उस तो बाद अगे आ जाओ जी अगले सवाल ते। सवाल की कह रहा जी, सवाल कहिंदा जी कांग्रेस के बड़े सैशन होए आ, जिवें पेपर च आ जाए कि मॉडरेट्स ते एक्सट्रीमिस्ट कितने ऐड होए सूरत वाला, ठीक है। तो एवें ही एक सैशन आ कांग्रेस का, कहिंदे जिथे ना कांग्रेस ने यह कहता सी कि असीं अंग्रेजां अगे मंग रखांगे कि सानू फंडामेंटल राइट्स ते इकनोमिक प्रोग्राम चाहिए। मतलब कि पहली बार साढ़े देश च कांग्रेस का किहड़ा सैशन होया है जिहदे च इन्हां ने एक तो फंडामेंटल राइट्स की गल की है, तो एक अपना नैशनल इकनोमिक प्रोग्राम राष्ट्रीय आर्थिक प्रोग्राम जिहड़ा सी वह लॉन्च किया। ये सैशन वो सैशन सी जिस साल भगत सिंह नूं फांसी हुई है, तो यह सैशन भगत सिंह की फांसी तो 7 दिन बाद कराची च रखिया गया सी, जिहड़ा कि सिंध प्रांत च पैंदा है, तो पंजाब के बड़े नेड़े है। पंजाब के लोगों ने सिंध के कराची च जाके कांग्रेस नूं काले झंडे दिखाए सी गांधी होरां नूं कि तुसी ਤੁਹਾਡੀ ਅੱਜ ਤੋਂ 15-20 ਦਿਨ ਪਹਿਲਾਂ ਗਾਂਧੀ ਇਰਵਿਨ ਪੈਕਟ, ਜਿਹੜਾ 1-2 ਮਹੀਨੇ ਪਹਿਲਾਂ ਗਾਂਧੀ ਇਰਵਿਨ ਪੈਕਟ ਸਮਝੌਤਾ ਸਾਈਨ ਹੋਇਆ, ਜਿਹੜਾ ਤੁਹਾਡਾ ਜਿਹਨੂੰ ਤੁਸੀਂ ਇਸ ਕਰਾਚੀ ਵਾਲੇ ਸੈਸ਼ਨ 'ਚ ਕਹਿ ਰਹੇ ਹੋ ਕਿ ਹਾਂ ਅਸੀਂ ਇੰਡੋਰਸ ਕਰ ਰਹੇ ਹਾਂ ਕਿ ਅਸੀਂ ਸਮਝੌਤਾ ਕੀਤਾ ਹੈ, ਉਹਦੇ 'ਚ ਭਗਤ ਸਿੰਘ ਦੀ ਫਾਂਸੀ ਦੀ ਗੱਲ ਕਿਉਂ ਨਹੀਂ ਕੀਤੀ? ਇਹ ਗੱਲ ਹੋ ਰਹੀ ਹੈ ਕਰਾਚੀ ਸੈਸ਼ਨ ਦੀ, ਜਿਹੜਾ ਭਗਤ ਸਿੰਘ ਦੀ ਫਾਂਸੀ ਤੋਂ 7-8 ਦਿਨ ਬਾਅਦ 'ਚ ਰੱਖਿਆ ਗਿਆ ਸੀਗਾ। ਸੋ ਇਹ ਗੱਲਾਂ ਬਹੁਤ ਇੰਪੋਰਟੈਂਟ ਆ। ਇਹ ਹੋਈ ਆ ਘਟਨਾ ਕਰਾਚੀ ਸੈਸ਼ਨ ਮਾਰਚ 31, 1931 ਨੂੰ, 30 ਮਾਰਚ 1931 ਇਸ ਕਰਾਚੀ ਸੈਸ਼ਨ ਨੂੰ ਪ੍ਰਧਾਨਗੀ ਕੀਤੀ ਸੀ ਸਰਦਾਰ ਪਟੇਲ ਨੇ। ਇੱਥੇ ਫੰਡਾਮੈਂਟਲ ਰਾਈਟ ਅਤੇ ਨੈਸ਼ਨਲ ਇਕਨੋਮਿਕ ਪਾਲਿਸੀ ਦਾ ਮਤਾ ਰੱਖਿਆ ਗਿਆ ਸੀ ਜਵਾਹਰ ਲਾਲ ਨਹਿਰੂ ਦੁਆਰਾ। ਇਹ ਕਰਾਚੀ ਦਾ ਉਹ ਸੈਸ਼ਨ ਸੀ ਜਿੱਥੇ ਇਹਨਾਂ ਨੇ ਗਾਂਧੀ ਇਰਵਿਨ ਪੈਕਟ, ਜਿਹੜਾ ਕਿ ਉਸੇ ਸਾਲ ਹੀ 2 ਮਹੀਨੇ ਪਹਿਲਾਂ ਸਿਰੇ ਚੜ੍ਹਿਆ ਸੀਗਾ, ਜਾਂ 20-25 ਦਿਨ ਪਹਿਲਾਂ ਸਿਰੇ ਚੜ੍ਹਿਆ ਸੀ, 2 ਮਹੀਨੇ ਪਹਿਲਾਂ ਤਾਂ ਸ਼ੁਰੂ ਹੋਇਆ ਸੀ, ਇਸ ਸੈਸ਼ਨ ਤੋਂ 20-25 ਦਿਨ ਪਹਿਲਾਂ 5 ਮਾਰਚ 1931 ਨੂੰ ਸਿਰੇ ਚੜ੍ਹਿਆ ਸੀ, ਜਿਹਦੇ 'ਚ ਸਾਰੀਆਂ ਗੱਲਾਂ ਹੋ ਗਈਆਂ ਸੀ ਕਿ ਅਸੀਂ ਸਿਵਲ ਡਿਸਓਬੀਡੈਂਸ ਨਾ ਫਰਮਾਨੀ ਅੰਦੋਲਨ ਵਾਪਸ ਲੈ ਲਾਂਗੇ, ਸਸਪੈਂਡ ਕਰ ਦਾਂਗੇ, ਬੰਦ ਨਹੀਂ ਕਰਾਂਗੇ ਸਸਪੈਂਡ ਕਰ ਦਾਂਗੇ, ਇਹਦੇ ਬਦਲੇ ਤੁਸੀਂ ਸਾਡੇ ਪੋਲੀਟੀਕਲ ਪ੍ਰਿਜ਼ਨਰ ਛੱਡ ਦਿਓ।
ਭਗਤ ਸਿੰਘ ਦੇ ਸਾਥੀ ਕਹਿੰਦੇ ਸੀ ਜਦੋਂ ਸਾਰੇ ਰਾਜਨੀਤਿਕ ਕੈਦੀ ਛਡਵਾ ਲਏ ਫਿਰ ਸਾਨੂੰ ਸਾਡੇ ਵਾਲਾ ਕਿਉਂ ਨਹੀਂ ਛਡਵਾਇਆ, ਰੌਲਾ ਇਹ ਹੈ ਕਹਿੰਦੇ। ਸੋ ਇਹ ਕਰਾਚੀ ਸੈਸ਼ਨ ਦੀ ਗੱਲ ਆ। ਕਹਿੰਦੇ 1857 ਦੀ ਬਗਾਵਤ ਪੜ੍ਹੀ ਆ, ਮੈਂ ਲੈਕਚਰ ਪੂਰਾ ਲਾਇਆ ਕਿਹੜੇ ਕਿਹੜੇ ਬੰਦੇ ਇਹਨਾਂ 'ਚੋਂ 1857 ਦੀ ਬਗਾਵਤ ਨਾਲ ਸੰਬੰਧਿਤ ਨੇ। ਭਗਤ ਖਾਨ ਦਿੱਲੀ ਤੋਂ ਲੜਿਆ, ਕੁੰਵਰ ਸਿੰਘ ਅਰਾ ਬਿਹਾਰ ਤੋਂ ਲੜਿਆ, ਨਾਨਾ ਸਾਹਿਬ ਕਾਨਪੁਰ ਤੋਂ ਲੜਿਆ। ਦੱਸਣ ਦੀ ਲੋੜ ਆ, ਇਹ ਉਹ ਸੀਗਾ ਬਾਜੀਰਾਓ ਦੋ ਦਾ ਅਡੋਪਟਡ ਸਨ, ਪੂਰੀ ਸਟੋਰੀ ਪੜ੍ਹਾਈ ਹੋਈ ਆ। ਉਹ ਭਾਈ ਪਰਮਾਨੰਦ ਇਹ ਕੌਣ ਆ, ਇਹ ਯਾਦ ਆ ਜੇ ਤੁਹਾਡੇ 'ਚੋਂ ਕਿਸੇ ਨੇ ਪੜ੍ਹਿਆ ਹੋਵੇ। ਇੱਕ ਤਾਂ ਮੈਂ ਆਰਿਆ ਸਮਾਜੀਆਂ 'ਚ ਪੜ੍ਹਾਇਆ ਇਹ ਨਾਮ, ਇਹੀ ਸ਼ਖਸ ਉਹ ਆ ਜਿਹੜਾ ਗਦਰ ਪਾਰਟੀ ਦੇ ਨਾਲ ਵੀ ਰਿਹਾ ਹੈ। ਸੋ ਇਹਨਾਂ ਨੂੰ ਵੀ ਫਾਂਸੀ ਦੀ ਸਜ਼ਾ ਹੋਈ ਸੀ ਗਦਰ ਪਾਰਟੀ ਵਾਲਿਆਂ ਨਾਲ, ਲਾਹੌਰ ਕੌਨਸਪੀਰੇਸੀ ਕੇਸ ਮੈਂ ਪੜ੍ਹਾਇਆ ਹੈ। ਪਰ ਇਹਨਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਹੋ ਗਈ, ਬਾਅਦ 'ਚ ਇਹਨਾਂ ਨੂੰ 1920 'ਚ ਹੀ ਰਿਹਾ ਕਰਤਾ ਸੀ, 1916 'ਚ ਇਹਨਾਂ ਨੂੰ ਸਜ਼ਾ ਹੋਈ ਸੀਗੀ। ਸੋ ਕਹਿੰਦੇ ਆ ਜੀ ਜਰਨਲ ਭਗਤ ਖਾਨ ਜਿਹੜਾ ਸੀ ਉਹ ਆਜ਼ਾਦੀ ਉਹ ਅੰਗਰੇਜ਼ਾਂ ਦੇ ਖਿਲਾਫ ਦਿੱਲੀ ਤੋਂ ਲੜਿਆ। ਪਰਮਾਨੰਦ ਜੀ ਬਾਰੇ ਮੈਂ ਦੱਸ ਹੀ ਦਿੱਤਾ, ਠੀਕ ਆ। ਇਹਨਾਂ ਨੇ ਗਦਰ ਪਾਰਟੀ 'ਤੇ ਇੱਕ ਕਿਤਾਬ ਲਿਖੀ ਆ ਬੜੀ ਇੰਪੋਰਟੈਂਟ, ਤਾਰੀਖ ਏ ਹਿੰਦ, ਆਹ ਚੀਜ਼ ਪੇਪਰ 'ਚ ਆਉਂਦੀ ਹੁੰਦੀ ਆ। ਫਾਊਂਡਿੰਗ ਮੈਂਬਰਾਂ 'ਚੋਂ ਸੀ ਗਦਰ ਪਾਰਟੀ ਵਾਲੇ, ਗਦਰ ਪਾਰਟੀ ਵਾਲਿਆਂ ਨਾਲ ਹੀ ਭਾਰਤ ਆਏ ਸੀ 1916 'ਚ, ਅਤੇ ਲਾਹੌਰ ਕੌਨਸਪੀਰੇਸੀ ਕੇਸ ਜਿਹੜਾ ਕਿ ਗਦਰੀ ਬਾਬਿਆਂ ਵਾਲਾ ਕੇਸ ਸੀ ਉਹਦਾ ਪਰਚਾ ਪਿਆ ਸੀ। 1915 'ਚ ਇਹਨਾਂ ਨੂੰ ਵੀ ਫਾਂਸੀ ਦੀ ਸਜ਼ਾ ਹੋਈ ਸੀ, ਪਰ ਬਾਅਦ 'ਚ ਉਹਨੂੰ ਕਮਿਊਟ ਕਰਕੇ ਉਮਰ ਕੈਦ 'ਚ ਤਬਦੀਲ ਕਰਤਾ ਸੀ, ਪਰ ਉਹ ਵੀ ਸਜ਼ਾ ਬਾਅਦ 'ਚ 1920 'ਚ ਇਹਨਾਂ ਦੀ ਖਤਮ ਹੋ ਗਈ ਸੀ। ਹਿਸਟਰੀ ਆ, ਹਿਸਟਰੀ ਵਾਂਗ ਪੜ੍ਹੋਗੇ, ਥੋਰੋਲੀ ਪੜ੍ਹੋਗੇ, ਕੰਸੈਪਚੁਅਲੀ ਪੜ੍ਹੋਗੇ। ਹੁਣ ਮੇਰੇ ਕੋਲ ਇੰਨਾ ਟਾਈਮ ਤਾਂ ਹੈ ਨਹੀਂ, ਪਰ ਤੁਸੀਂ ਲੈਕਚਰ ਸੁਣਿਓ, ਸਾਰਾ ਕੰਸੈਪਟ ਕਲੀਅਰ ਹੋਊਗਾ। ਕਰਮਰ ਸਿੰਘ ਬਾਰੇ ਦੱਸ ਹੀ ਦਿੱਤਾ ਕਿ ਇਹ ਬਿਹਾਰ ਦੇ ਆਰਾ ਤੋਂ ਲੜੇ ਸੀ ਅੰਗਰੇਜ਼ਾਂ ਦੇ ਖਿਲਾਫ, ਨਾਨਾ ਸਾਹਿਬ ਜਿਹੜੇ ਕਿ ਬਾਜੀਰਾਓ ਦੋ ਪੇਸ਼ਵਾ ਦਾ ਮੁੰਡਾ ਸੀ, ਅਤੇ ਇਹਨੇ ਕਾਨਪੁਰ ਤੋਂ ਬਗਾਵਤ ਕੀਤੀ ਸੀ, ਠੀਕ ਆ। ਐਸੋਟ੍ਰਿਕ ਕ੍ਰਿਸਚੈਨਿਟੀ ਇਹ ਕਹਿੰਦੇ ਜੀ ਹੇਠ ਲਿਖਿਆਂ 'ਚੋਂ ਕਿਹਦਾ ਕੰਮ ਆ, ਇਹ ਅਸਲ 'ਚ ਉਸ ਲੇਡੀ ਦਾ ਕੰਮ ਆ ਜਿਹਨੇ ਇੰਡੀਆ 'ਚ ਆ ਕੇ ਅਧਿਆਤਮਿਕਤਾ ਨੂੰ ਫੈਲਾਉਣ ਦੀ ਗੱਲ ਕੀਤੀ ਸੀ। ਥਿਓਸੋਫਿਕਲ ਸੁਸਾਇਟੀ ਜਿਹੜੀ ਕਿ ਨਿਊਯਾਰਕ 'ਚ 1875 'ਚ ਬਣੀ ਸੀ, ਠੀਕ ਆ, ਬਲਾਸਕੀ ਅਤੇ ਅਲਕੋਟ ਦੁਆਰਾ, ਉਹਦਾ ਪ੍ਰਚਾਰ ਕਰਨ ਇਹਨੇ ਭਾਰਤ ਦੇ ਤਾਮਿਲਨਾਡੂ ਦੇ ਮਦਰਾਸ ਸ਼ਹਿਰ ਦੇ ਬਾਰਡਰ 'ਤੇ ਇੱਕ ਪਿੰਡ ਆ ਅਧਿਆਰ, ਉੱਥੋਂ ਆਪਣਾ ਆਸ਼ਰਮ ਚਲਾਇਆ ਸੀ। ਉੱਥੇ ਬੈਠ ਕੇ ਉਹਨੇ ਐਸੋਟ੍ਰਿਕ ਕ੍ਰਿਸਚੈਨਿਟੀ ਨਾਮ ਦੀ ਰਚਨਾ ਜਿਹੜੀ ਸੀਗੀ ਉਹ ਕੀਤੀ ਸੀ। ਐਨੀ ਬਸੰਟ ਬਹੁਤ ਮਸ਼ਹੂਰ ਲੇਡੀ ਆ। ਐਨੀ ਬਸੰਟ ਬਾਰੇ ਕਿਹਾ ਜਾ ਸਕਦਾ ਹੈ ਕਿ ਇਹ ਜਦੋਂ ਭਾਰਤ ਆਈ ਆ ਇਹ ਪਹਿਲੀ ਔਰਤ ਸੀਗੀ ਜਿਹਨੂੰ ਕਾਂਗਰਸ ਨੇ ਆਪਣਾ ਪ੍ਰਧਾਨ ਲਾਇਆ, ਠੀਕ ਆ। ਇਹਨੇ ਇੱਥੇ ਮਦਨ ਮੋਹਨ ਮਾਲਵੀਆ ਦੇ ਨਾਲ ਮਿਲ ਕੇ ਬਨਾਰਸ ਹਿੰਦੂ ਯੂਨੀਵਰਸਿਟੀ ਸ਼ੁਰੂ ਕਰਾਉਣ 'ਚ ਅਹਿਮ ਰੋਲ ਅਦਾ ਕੀਤਾ ਹੈ। ਉਸ ਤੋਂ ਪਹਿਲਾਂ ਉਹ ਆਲਰੇਡੀ ਬਨਾਰਸ 'ਚ ਸੈਂਟਰਲ ਹਿੰਦੂ ਕਾਲਜ ਦੀ ਸਥਾਪਨਾ ਕਰ ਚੁੱਕੀ ਸੀ। ਐਨੀ ਬਸੰਟ ਦਾ ਰੋਲ ਬੜਾ ਮਸ਼ਹੂਰ ਰੋਲ ਰਿਹਾ ਜਦੋਂ ਕਾਂਗਰਸ ਨੂੰ, ਜਿਹਨੂੰ INC ਕਿਹਾ ਜਾਂਦਾ ਇੰਗਲਿਸ਼ 'ਚ, ਅਤੇ ਮੁਸਲਿਮ ਲੀਗ, ਇਹਨਾਂ ਨੂੰ ਲਖਨਊ ਸਮਝੌਤੇ ਦੇ ਤਹਿਤ, ਲਖਨਊ ਪੈਕਟ ਦੇ ਤਹਿਤ 1916 'ਚ ਇਕੱਠੇ ਕਰਨ 'ਚ ਸਫਲ ਰਹੀ ਹੈ ਦੋਵਾਂ ਨੂੰ। ਇਸੇ ਕਰਕੇ ਅਗਲੇ ਸਾਲ 1917 'ਚ ਐਨੀ ਬਸੰਟ ਨੂੰ ਕਾਂਗਰਸ ਦੀ ਪ੍ਰਧਾਨਗੀ ਦਿੱਤੀ ਗਈ ਹੈ। ਅਗਲਾ ਸਵਾਲ ਕਹਿੰਦੇ ਇਹ ਦੱਸੋ ਕਿ ਇਨ ਦੀ ਕੰਟੈਕਸਟ ਆਫ ਇੰਡੀਅਨ ਫਰੀਡਮ ਸਟਰਗਲ ਵਿੱਚ ਵਨ ਇਜ਼ ਮੂਵਮੈਂਟ ਇਜ਼ ਐਸੋਸੀਏਟਡ ਵਿਦ ਗਾਂਧੀ ਇਰਵਿਨ ਪੈਕਟ। ਹੇਠ ਲਿਖੇ ਚਾਰ ਆਪਸ਼ਨਸ 'ਚੋਂ A, B, C, D, ਗਾਂਧੀ ਇਰਵਿਨ ਪੈਕਟ ਦਾ ਸੰਬੰਧ ਕਿਹਦੇ ਨਾਲ ਆ? ਪਤਾ ਹੈ ਨਾ ਗਾਂਧੀ ਇਰਵਿਨ ਸਮਝੌਤਾ 1931 ਦੀ 5 ਮਾਰਚ ਨੂੰ ਹੋਇਆ ਹੈ। ਕੀ ਕਿਹਾ ਸੀ ਗਾਂਧੀ ਨੇ ਕਿ ਸਾਡੇ ਸਾਰੇ ਪੋਲੀਟੀਕਲ ਕੈਦੀ ਛੱਡ ਦਿਓ, ਅਸੀਂ ਸਿਵਲ ਡਿਸਓਬੀਡੈਂਸ ਮੂਵਮੈਂਟ ਨੂੰ ਥੋੜ੍ਹੇ ਸਮੇਂ ਲਈ ਸਸਪੈਂਡ ਕਰ ਦਾਂਗੇ। ਸਿਵਲ ਡਿਸਓਬੀਡੈਂਸ ਮੂਵਮੈਂਟ ਜਿਹਨੂੰ ਕਹਿੰਦੇ ਆ ਨਾ ਫਰਮਾਨੀ ਅੰਦੋਲਨ, ਅਸੀਂ ਨਾ ਫਰਮਾਨੀ ਅੰਦੋਲਨ ਨੂੰ ਬੰਦ ਕਰ ਦਾਂਗੇ। ਸੋ ਇਹਦਾ ਆਂਸਰ ਹੋ ਗਿਆ ਜੀ ਏ, ਠੀਕ ਆ। ਸੋ ਇੱਥੇ ਗਲਤੀ ਨਾਲ ਸੀ ਮਾਰਕ ਹੋ ਗਿਆ ਕਿ ਪਤਾ ਨਹੀਂ ਕਿਉਂ, ਬਟ ਇਹਦਾ ਕਰੈਕਟ ਆਂਸਰ ਕਿਹੜਾ ਹੈ ਜੀ? ਸਿਵਲ ਡਿਸਓਬੀਡੈਂਸ ਮੂਵਮੈਂਟ। ਚਲੋ ਐਕਸਪਲੇਨੇਸ਼ਨ 'ਚ ਤਾਂ ਅਸੀਂ ਕੋਈ ਵੀ ਗਲਤੀ ਨਹੀਂ ਕਰਾਂਗੇ ਨਾ। ਗਾਂਧੀ ਨੇ ਆਪਣੀਆਂ 11 ਮੰਗਾਂ ਜਦੋਂ ਰੱਖੀਆਂ ਅੰਗਰੇਜ਼ਾਂ ਅੱਗੇ, ਬੜੀਆਂ ਮੰਗਾਂ ਸੀ ਕਿ ਜਿਹੜਾ ਤੁਸੀਂ ਪੋਸਟਲ ਟੈਕਸ ਲਾਉਂਦੇ ਹੋ ਮਾਫ਼ ਕਰੋ, ਸਾਲਟ ਟੈਕਸ ਮਾਫ਼ ਕਰੋ, ਠੀਕ ਹੈ, ਇਹੋ ਜਿਹੀਆਂ ਬੜੀਆਂ ਮੰਗਾਂ ਸੀ, ਉਹ ਮੈਂ ਐਕਸਪਲੇਨ ਕੀਤੀਆਂ ਹੋਈਆਂ ਸਾਰੀਆਂ। ਇੱਕ ਵਾਰ PPSC ਨੇ ਪੇਪਰ ਦੇ ਵਿੱਚ 11 ਮੰਗਾਂ ਪੁੱਛ ਲਈਆਂ ਸੀ ਗਾਂਧੀ ਦੀਆਂ ਕਿ ਹੇਠ ਲਿਖੇ 5-6 ਆਪਸ਼ਨਸ 'ਚੋਂ ਕਿਹੜੀਆਂ ਕਿਹੜੀਆਂ ਉਹਨਾਂ 11 ਮੰਗਾਂ ਦੇ ਵਿੱਚੋਂ ਆਉਂਦੀਆਂ ਹੈ। PPSC ਦਾ ਕੋਈ ਪਤਾ ਨਹੀਂ ਕਿੱਧਰ ਨੂੰ ਲੰਘ ਜੇ, UPSC ਤੋਂ ਵੀ ਟਾਂ ਲੰਘ ਜਾਂਦੀ ਹੈ। ਇਸ ਕਰਕੇ ਬਹੁਤ ਥੋਰੋਲੀ ਪੜ੍ਹਨਾ ਹੈ। ਸੋ ਆਹ ਮੈਂ ਤੁਹਾਨੂੰ ਸਾਰੀ ਸਟੋਰੀ ਦੱਸ ਹੀ ਦਿੱਤੀ ਹੈ ਕਿ ਫਿਰ ਗਾਂਧੀ ਹੁਣਾਂ ਨੇ ਕਿਹਾ ਕਿ ਅਸੀਂ ਫਿਰ ਇਹ ਜਿਹੜਾ ਗਾਂਧੀ ਇਰਵਿਨ ਪੈਕਟ ਹੋਇਆ, ਇਸ ਤੋਂ ਬਾਅਦ ਗਾਂਧੀ ਹੁਣਾਂ ਦਾ ਕਰਾਚੀ ਸੈਸ਼ਨ ਹੋਇਆ ਕਾਂਗਰਸ ਦਾ, ਉੱਥੇ ਫਿਰ ਇਸ ਪੈਕਟ ਨੂੰ ਇੰਡੋਰਸ ਕਰ ਲਿਆ ਗਿਆ ਕਿ ਹਾਂ ਅਸੀਂ ਮੰਨਦੇ ਹਾਂ ਇਸ ਪੈਕਟ ਨੂੰ। ਉਸ ਤੋਂ ਬਾਅਦ ਗਾਂਧੀ ਹੁਣੀ ਸੈਕਿੰਡ ਸਿਵਲ ਡਿਸਓਬੀਡੈਂਸ ਮੂਵਮੈਂਟ 'ਤੇ, ਉੱਥੇ ਗਾਂਧੀ ਹੁਣੀ ਸੈਕਿੰਡ ਰਾਊਂਡ ਟੇਬਲ ਕਾਨਫਰੰਸ 'ਤੇ ਗਏ ਅੰਗਰੇਜ਼ਾਂ ਨਾਲ ਗੱਲ ਕਰਨ। ਗਾਂਧੀ ਪਹਿਲੀ 'ਚ ਵੀ ਨਹੀਂ ਗਏ, ਤੀਜੀ 'ਚ ਵੀ ਨਹੀਂ ਗਏ, ਦੂਜੀ ਤੋਂ ਫਿਰ ਗਾਂਧੀ ਉੱਥੋਂ ਨਾਰਾਜ਼ ਹੋ ਕੇ ਆਏ ਕਿ ਤੁਸੀਂ ਸਾਨੂੰ ਪਹਿਲੀ 'ਤੇ ਅਸੀਂ ਗਏ ਨਹੀਂ, ਦੂਜੀ 'ਤੇ ਸਾਨੂੰ ਸਿਵਲ ਡਿਸਓਬੀਡੈਂਸ ਨੂੰ ਬੰਦ ਕਰਨ ਦਾ ਲਾਲਚ ਦੇ ਕੇ ਕਿ ਤੁਹਾਨੂੰ ਐਂ ਕਰ ਦਾਂਗੇ, ਤੁਸੀਂ ਸਾਨੂੰ ਬੁਲਾ ਲਿਆ, ਧੋਖਾ ਕੀਤਾ ਸਾਡੇ ਨਾਲ, ਅਸੀਂ ਤੀਜੀ 'ਤੇ ਵੀ ਨਹੀਂ ਜਾਂਦੇ। ਗਾਂਧੀ ਪਹਿਲੀ 'ਤੇ ਤੀਜੀ 'ਤੇ ਨਹੀਂ ਸੀ ਗਏ, ਸਿਰਫ ਦੂਜੀ 'ਤੇ ਗਏ ਸੀ, ਉੱਥੋਂ ਵੀ ਰੁੱਸ ਕੇ ਆਏ ਸੀਗੇ।
ਆਉਂਦੇ ਸਾਰ ਗਾਂਧੀ ਨੂੰ ਪੁਣੇ ਜੇਲ੍ਹ 'ਚ ਜਰਵਾੜਾ ਜੇਲ੍ਹ 'ਚ ਬੰਦ ਕਰਤਾ ਸੀ। ਸਾਰੀ ਸਟੋਰੀ ਪਤਾ ਹੋਣੀ ਚਾਹੀਦੀ ਹੈ ਤੈਨੂੰ। ਕਹਿੰਦੇ ਅੰਗਰੇਜ਼ਾਂ ਪੁਰਤਗਾਲੀਆਂ ਦਾ ਉਹ ਕਿਹੜਾ ਗਵਰਨਰ ਸੀਗਾ ਜਿਹਨੇ ਕੋਚੀ ਤੋਂ ਮਤਲਬ ਕਿ ਇਹਨੂੰ ਹੈੱਡਕੁਆਟਰ ਜਿਹੜਾ ਸੀ ਬਦਲ ਕੇ ਗੋਆ ਕੀਤਾ। ਕਹਿੰਦੇ ਪੁਰਤਗਾਲੀ 1502 ਜਾਂ 3 'ਚ ਭਾਰਤ ਆਏ। ਆਇਆ ਤਾਂ ਪਹਿਲਾਂ ਵਾਸਕੋ ਡ ਗਾਮਾ ਸੀ, ਪਰ ਸੈਟਲਮੈਂਟ ਹੁੰਦੇ ਹੁੰਦੇ ਪਹਿਲੀ ਫੈਕਟਰੀ ਉਹਨਾਂ ਨੇ 1502-3 ਚਲਾਈ ਆ। ਪੁਰਤਗਾਲੀਆਂ ਦਾ ਪਹਿਲਾ ਗਵਰਨਰ ਜਨਰਲ ਆਇਆ ਸੀ ਐਲਬਰੁਕੀ ਉਹਨਾਂ ਦਾ ਪਹਿਲਾ ਗਵਰਨਰ ਜਨਰਲ ਸੀਗਾ, ਠੀਕ ਆ। ਪਰ ਹਾਂ, ਇੰਪੋਰਟੈਂਟ ਗੱਲ ਕੀ ਆ, ਸੋਰੀ, ਪਹਿਲਾ ਗਵਰਨਰ ਜਨਰਲ ਸੀ ਫਰੈਂਕੀਆਜ਼ ਐਲਮਿਡਾ, ਠੀਕ ਆ। ਪਰ ਜਿੰਨੇ ਗਵਰਨਰ ਜਨਰਲ ਨੇ ਇਹਨਾਂ ਦਾ ਸਿਰ ਉੱਚਾ ਕੀਤਾ ਸੀ ਅਤੇ ਇਹਨਾਂ ਨੂੰ ਗੋਆ ਜਿੱਤ ਕੇ ਦਿੱਤਾ ਸੀ ਬੀਜਾਪੁਰ ਦੇ ਰਾਜੇ ਤੋਂ, ਉਹ ਐਲਬਰੁਕੀ ਸੀਗਾ। ਸੋ ਪਰ ਗੱਲ ਇਹ ਆ, ਕਹਿੰਦੇ ਕਿ 1530 ਤੱਕ ਆਉਂਦੇ ਆਉਂਦੇ ਉਹ ਕਿਹੜਾ ਗਵਰਨਰ ਜਨਰਲ ਸੀ ਜਿਹਨੇ ਰਾਜਧਾਨੀ ਹੀ ਕੋਚੀ ਤੋਂ ਗੋਆ ਸ਼ਿਫਟ ਕਰਤੀ ਸੀ? ਉਹ ਸੀਗਾ ਨੀਨੋ ਕੂਨਾ। ਇਸ ਗਵਰਨਰ ਜਨਰਲ ਨੇ ਕੋਚੀ ਤੋਂ ਗੋਆ ਰਾਜਧਾਨੀ ਸ਼ਿਫਟ ਕੀਤੀ ਸੀ। ਸੋ ਇਹ ਗੱਲ ਬਹੁਤ ਇੰਪੋਰਟੈਂਟ ਆ। ਅਤੇ ਇਸ ਤੋਂ ਬਿਨਾਂ ਇਹਨੇ ਮਦਰਾਸ ਦੇ ਸੈਂਟ ਥੋਮਸ ਅਤੇ ਬੰਗਾਲ ਦੇ ਹੁਗਲੀ 'ਚ ਫੈਕਟਰੀਆਂ ਵੀ ਫਿੱਟ ਕੀਤੀਆਂ ਸੀ। ਪੁਰਤਗਾਲੀਆਂ ਨੇ ਜਿਹੜੀ ਹੁਗਲੀ ਫੈਕਟਰੀ ਲਾਈ ਸੀ ਨਾ, ਇੱਥੇ ਜਿੰਨੀ ਪਾਇਰੇਸੀ ਚੋਰੀ ਦਾ ਸਮਾਨ ਵੇਚਿਆ ਉਹ ਤਾਂ ਛੱਡ ਗੱਲਾਂ ਦਓ। ਹੁਗਲੀ ਵਾਲੀ ਬੰਦਰਗਾਹ ਤਾਂ ਇਹਨਾਂ ਨੇ ਕੰਮ ਹੀ ਇਸੇ ਲਾਈ ਰੱਖੀ ਪਾਇਰੇਸੀ ਦੇ, ਪੁੱਠੇ ਕੰਮ ਜਿਹੜੇ ਪੁਰਤਗਾਲੀਆਂ ਨੇ ਭਾਰਤ 'ਚ ਕਰੇ ਆ ਨਾ, ਠੀਕ ਆ। ਉਹ ਤਾਂ ਤੁਸੀਂ ਕਈ ਤਾਂ ਇਹੋ ਜਿਹੇ ਆ ਜਿਹੜੇ ਆਪਾਂ ਇੱਥੇ ਬੋਲ ਵੀ ਨਹੀਂ ਸਕਦੇ, ਖੁੱਲ੍ਹ ਕੇ ਵੀ ਨਹੀਂ ਆਪਾਂ ਗੱਲ ਕਰ ਸਕਦੇ। ਖੈਰ, ਅੱਗੇ ਆ ਜਾਓ। ਤੁਹਾਨੂੰ ਪਤਾ ਹੈ ਕਿ ਹੈਦਰਾਬਾਦ ਨਾਲ ਸੰਬੰਧਿਤ 3 ਲੜਾਈਆਂ ਹੋਈਆਂ ਜੀ, ਕਰਨਾਟਿਕ ਵਾਰਸ। ਉਹ ਜਿਹੜੀਆਂ ਕਰਨਾਟਿਕ ਵਾਰ ਹੋਈਆਂ ਹੈ, ਉਹ 'ਚੋਂ ਪਹਿਲੀ ਕਰਨਾਟਿਕ ਵਾਰ ਛੱਡੋ, ਦੂਜੀ ਛੱਡੋ, ਸਵਾਲ ਤੀਜੀ 'ਤੇ ਪੁੱਛਿਆ ਹੈ। ਪਰ ਜੇ ਮੈਂ ਇਹ ਪੁੱਛਾਂ ਕਿ ਬਈ ਅੰਬੂਰ ਦੀ ਲੜਾਈ ਦਾ ਸੰਬੰਧ ਕਿਹੜੀ ਕਰਨਾਟਿਕ ਵਾਰ ਨਾਲ ਆ, ਸੋਚ ਕੇ ਦੱਸਿਓ। ਦੂਜਾ ਸਵਾਲ, ਅਦਿਆਰ ਦੀ ਲੜਾਈ ਦਾ ਸੰਬੰਧ ਕਿਹੜੀ ਕਰਨਾਟਿਕ ਵਾਰ ਨਾਲ ਆ, ਸੋਚ ਕੇ ਦੱਸਿਓ। ਤੀਸਰਾ ਸਵਾਲ, ਵੰਡੀਵਾਸ਼ ਦੀ ਲੜਾਈ ਦਾ ਸੰਬੰਧ ਕਿਹੜੀ ਕਰਨਾਟਿਕ ਵਾਰ ਨਾਲ ਆ, ਇਹ ਤੀਸਰੀ ਨਾਲ, ਕਿਉਂਕਿ ਇਹਦਾ ਮੈਂ ਕਰਾਉਣਾ ਹੀ ਸੀ, ਬਾਕੀ ਆਪੇ ਸਰਚ ਕਰੋ। ਜਿਹੜੀ ਤੀਜੀ ਕਰਨਾਟਿਕ ਵਾਰ ਦਾ ਹਿੱਸਾ ਰਹੀ ਆ, ਕਹਿੰਦੇ ਵੰਡੀਵਾਸ਼ ਦੀ ਲੜਾਈ, ਇਹ ਸਹੀ ਆ ਕਿ ਗਲਤ ਆ? ਸੋ ਸਭ ਤੋਂ ਇੰਪੋਰਟੈਂਟ ਗੱਲ, ਇਹ ਗੱਲ ਬਿਲਕੁਲ ਸਹੀ ਆ। ਸਵਾਲ ਇਹ ਆ ਕਿ ਵੰਡੀਵਾਸ਼ ਦੀ ਲੜਾਈ ਵਾਸਤੇ ਕਿਹੜੀ ਲਾਈਨ ਗਲਤ ਆ? ਕਹਿੰਦੇ ਗਲਤ ਪੁੱਛੀ ਉਹਨਾਂ ਨੇ, ਪਹਿਲੀ ਤਾਂ ਸਹੀ ਨਹੀਂ ਕਲਾਈ। ਕਹਿੰਦੇ ਅੰਗਰੇਜ਼ਾਂ ਵੱਲੋਂ ਇਸ ਵਾਰ ਜਨਰਲ ਕੂਟੀ ਲੜਿਆ ਸੀ ਜਿਹਨੇ ਫਰਾਂਸ ਦੀ ਸੈਨਾ ਨੂੰ ਮਧੋਲ ਕੇ ਰੱਖਤਾ। ਬਿਲਕੁਲ ਸਹੀ ਗੱਲ ਆ, ਪੜ੍ਹਾਈ ਆ ਮੈਂ ਕਰਨਾਟਿਕ ਵਾਰ। ਕਹਿੰਦੇ ਇਸ ਤੋਂ ਬਾਅਦ ਸੰਧੀ ਹੋਈ ਆ, ਟ੍ਰੀਟੀ ਆਫ ਪੈਰਿਸ, ਬਿਲਕੁਲ ਸਹੀ ਗੱਲ ਆ। ਅਤੇ ਅੰਗਰੇਜ਼ ਭਾਰਤ 'ਚ ਸਾਰੀਆਂ ਫੈਕਟਰੀਆਂ ਜਿੱਤ ਗਏ ਫਰਾਂਸ ਵਾਲਿਆਂ ਤੋਂ, ਜਾਂ ਫਰਾਂਸੀ ਸਾਰੀਆਂ ਫੈਕਟਰੀਆਂ ਹਾਰ ਗਏ? ਗਲਤ। ਪੁੱਡੂਚੇਰੀ, ਮਾਹੇ, ਯਨਮ, ਕਰੀਕਲ, ਇਹ ਫੈਕਟਰੀਆਂ ਬਚੀਆਂ ਰਹਿ ਗਈਆਂ। ਸੋ ਤੀਸਰੀ ਆਪਸ਼ਨ ਗਲਤ ਹੋ ਗਈ। ਜੋ ਉਹਨਾਂ ਨੇ ਕਿਹਾ ਕਿ ਗਲਤ ਕਿਹੜੀ ਆ, ਤਾਂ ਮੈਂ ਕਹੂੰਗਾ ਕਿ ਸੀ ਗਲਤ ਆ। ਕਹਿੰਦੇ ਵੰਡੀਵਾਸ਼ ਦੀ ਲੜਾਈ ਤੋਂ ਬਾਅਦ ਫਰੈਂਚ ਭਾਰਤ 'ਚ ਕੁਛ ਕੁ ਹਿੱਸਿਆਂ ਤੱਕ ਹੀ ਸੀਮਤ ਰਹਿ ਗਏ, ਇਹ ਵੀ ਗੱਲ ਬਿਲਕੁਲ ਸਹੀ ਆ। ਕਹਿੰਦਾ ਵਿਚ ਇਜ਼ ਫਾਲਸ, ਮੈਂ ਕਹੂੰਗਾ ਓਨਲੀ ਸੀ। ਸੋ ਹਾਂ, ਅੱਛਾ, ਬਸ ਉਹਨਾਂ ਨੇ ਫਾਲਸ ਪੁੱਛਿਆ ਅਤੇ ਇੱਕ ਹੀ ਲੱਭ ਹੀ ਗਿਆ ਸੱਚ। ਮੈਨੂੰ ਲੱਗਿਆ ਕਿ ਤਾਂ ਐਂ ਪੁੱਛਿਆ ਹੋਊਗਾ ਕਿ ਓਨਲੀ ਏ ਐਂਡ ਬੀ, ਓਨਲੀ ਬੀ ਐਂਡ ਸੀ। ਸੋ ਇਹਦਾ ਗਲਤ ਕਿਹੜਾ ਹੋ ਗਿਆ? ਇੱਥੇ ਮੈਂ ਬਹੁਤ ਘਾਲਾ ਮਾਲਾ ਜਿਹਾ ਕਰਤਾ ਸਾਰਾ, ਸੋ ਇਹਨੂੰ ਸਾਫ਼ ਕਰਦਾ ਪਹਿਲਾਂ। ਮੈਂ ਸਟੋਰੀ ਤਾਂ ਸਾਰੀ ਸਮਝਾਈ ਦਿੱਤੀ ਹੈ, ਉਹਨਾਂ ਨੇ ਪੁੱਛਿਆ ਹੇਠ ਲਿਖਿਆਂ ਦੇ ਵਿੱਚੋਂ ਗਲਤ ਕਿਹੜਾ ਹੈ, ਤਾਂ ਮੈਂ ਕਹੂੰਗਾ ਜੀ ਆਹ ਵਾਲਾ ਗਲਤ ਆ। ਬਿਕੋਜ਼ ਸਾਰੀਆਂ ਫੈਕਟਰੀਆਂ ਨਹੀਂ ਸੀ ਉਹਨਾਂ ਨੇ ਹਾਰੀਆਂ, 3-4 ਬਚ ਗਈਆਂ ਸੀਗੀਆਂ, ਠੀਕ ਆ ਜੀ। ਨੈਕਸਟ, ਅਗਲੇ ਸਵਾਲ 'ਤੇ ਆ ਜਾਓ। ਆ ਸਾਰੀ ਕਹਾਣੀ ਮੈਂ ਸਮਝਾਤੀਗਾ ਕਿ ਇਸ ਤੋਂ ਬਾਅਦ ਫਰਾਂਸ ਵਾਲੇ ਜਿਹੜੇ ਸੀਗੇ ਉਹਨਾਂ ਨੂੰ ਕਹਿਤਾ ਕਿ ਅਸੀਂ ਤੁਹਾਨੂੰ ਚੰਦਰਨਗਰ ਪੁੱਡੂਚੇਰੀ ਜਿਹੜੇ ਆ ਵਾਪਸ ਕਰਦੇ ਹਾਂ, ਪਰ ਤੁਸੀਂ ਹੁਣ ਉਹਦੇ ਆਲੇ ਦੁਆਲੇ ਕਿਲੇਬੰਦੀ ਨਹੀਂ ਕਰ ਸਕਦੇ। ਸਾਰੀਆਂ ਫੈਕਟਰੀਆਂ ਥੋੜ੍ਹਾ ਖੋਲੀਆਂ ਸੀ ਉਹਨਾਂ ਨੇ। ਨੈਕਸਟ, ਉਸ ਤੋਂ ਬਾਅਦ ਆ ਫਿਰ ਇੱਕ ਸਵਾਲ ਆ ਗਿਆ ਜੀ 1857 ਦੇ ਰਿਵੋਲਟ ਨਾਲ ਸੰਬੰਧਿਤ। ਕੀ ਭਲਾ? ਕਹਿੰਦੇ ਜੀ 1857 ਦੇ ਰਿਵੋਲਟ 'ਚ ਨਾਨਾ ਸਾਹਿਬ ਕਿੱਥੋਂ ਬਗਾਵਤ ਕਰਦਾ ਹੈ? ਕਾਨਪੁਰ ਤੋਂ। ਕਨਵਰ ਸਿੰਘ, ਆਰਾ ਬਿਹਾਰ ਦਾ ਇਲਾਕਾ ਹੈ। ਮੌਲਵੀ ਅਹਿਮਦੁੱਲਾ, ਇਹ ਅਯੋਧਿਆ ਤੋਂ, ਜਿਹਨੂੰ ਫੈਜ਼ਾਬਾਦ ਕਿਹਾ ਜਾਂਦਾ ਅਤੇ ਅੱਜ ਕੱਲ੍ਹ ਫਿਰ ਅਯੋਧਿਆ, ਸਭ ਕੁਝ ਪਤਾ ਹੀ ਆ। ਖਾਨ ਬਹਾਦਰ ਬਰੇਲੀ ਤੋਂ। ਸੋ 1857 ਦੇ ਵਿੱਚ ਇੱਕ ਗੱਲ ਯਾਦ ਰੱਖਿਓ, ਕਿਹੜੇ ਸ਼ਹਿਰ ਤੋਂ ਕਿਹੜੇ ਬੰਦੇ ਨੇ ਬਗਾਵਤ ਕੀਤੀ ਅਤੇ ਕਿਹੜੇ ਅੰਗਰੇਜ਼ ਅਫਸਰ ਨੇ ਉਹ ਆ ਕੇ ਬਗਾਵਤ ਦਬਾਈ? ਆਹ 3 ਗੱਲਾਂ ਰੱਟ ਲਿਓ ਬਸ। ਭਗਤ ਖਾਨ ਨੇ ਦਿੱਲੀ ਤੋਂ ਬਗਾਵਤ ਕੀਤੀ, ਨਾਨਾ ਸਾਹਿਬ ਨੇ ਕਾਨਪੁਰ ਤੋਂ ਬਗਾਵਤ ਕੀਤੀ, ਬੇਗਮ ਹਜ਼ਰਤ ਮਹਿਲ ਵਾਜ਼ਿਦ ਅਲੀ ਸ਼ਾਹ ਦੀ ਘਰ ਵਾਲੀ ਉਹਨੇ ਆਪਣਾ ਉੱਤੋਂ ਲਖਨਊ, ਜਿਹਨੂੰ ਕਿ ਕਿਹਾ ਜਾਂਦਾ ਸੀ ਅਵਧ, ਉੱਥੋਂ। ਖਾਨ ਬਹਾਦਰ ਨੇ ਬਰੇਲੀ ਤੋਂ, ਯੂਪੀ ਤੋਂ। ਕਨਵਰ ਸਿੰਘ ਨੇ ਆਰਾ ਬਿਹਾਰ ਦਾ ਇਲਾਕਾ ਹੈ। ਮੌਲਵੀ ਅਹਿਮਦੁੱਲਾ ਨੇ ਫੈਜ਼ਾਬਾਦ ਤੋਂ ਅਤੇ ਰਾਣੀ ਲਕਸ਼ਮੀ ਬਾਈ ਨੇ ਝਾਂਸੀ ਤੋਂ, ਠੀਕ ਆ। ਅਤੇ ਤਾਂਟੀਆ ਟੋਪੇ, ਉਹ ਪਹਿਲਾਂ ਨਾਨਾ ਸਾਹਿਬ ਦੇ ਨਾਲ ਸੀ ਅਤੇ ਫਿਰ ਉਸ ਤੋਂ ਬਾਅਦ ਰਾਣੀ ਲਕਸ਼ਮੀ ਬਾਈ ਦੇ ਨਾਲ। ਇੱਥੋਂ ਕਿਹੜੇ ਕਿਹੜੇ ਅੰਗਰੇਜ਼ ਨੇ ਉਹ ਬਗਾਵਤ ਦਬਾਈ ਆ, ਇਹ ਵੀ ਰਟਿਆ ਹੋਣਾ ਚਾਹੀਦਾ ਹੈ। ਅਤੇ ਇਹ ਰਿਵੋਲਟ ਆਫ 1857 'ਚ ਮੈਂ ਕਿੰਨੀ ਡਿਟੇਲ 'ਚ ਪੜ੍ਹਾਇਆ ਅਤੇ ਇਹ ਵੀ ਦੱਸਿਆ ਹੈ ਕਿ ਕਿਹੜੇ ਬੰਦੇ ਨੇ ਕੀ ਕਿਹਾ ਸੀਗਾ ਕਿ ਇਹ ਰਿਵੋਲਟ ਜਿਹੜਾ ਹੈ ਉਹ ਸਿਰਫ
ਅਮੀਰਾਂ ਅਤੇ ਗਰੀਬ ਜਮਾਤ ਦੀ ਲੜਾਈ ਹੈ, ਕਿੰਨੇ ਕਿਹਾ ਸੀ ਕਿ ਆਜ਼ਾਦੀ ਦੀ ਪਹਿਲੀ ਲੜਾਈ ਹੈ, ਕਿੰਨੇ ਕਿਹਾ ਸੀ ਕਿ ਨਾ ਤਾਂ ਆਜ਼ਾਦੀ ਦੀ ਲੜਾਈ ਹੈ ਅਤੇ ਨਾ ਹੀ ਇਹ ਛੋਟੀ ਜਿਹੀ ਬਗਾ ਉਹ ਆ, ਮਤਲਬ ਕਿ ਇੱਕ ਛੋਟੀ ਜਿਹੀ ਬਗਾਵਤ ਆ ਆਪਣੇ ਆਪ 'ਚ, ਇਹ ਇੱਕ ਦਰਮਿਆਨਿਆਂ ਜਾਂ ਰਹਿਣ ਵਾਲੀ ਛੋਟੀ ਜਿਹੀ ਮਿਊਟੀਨੀ ਆ, ਇਹ ਆਪਣੇ ਆਪ 'ਚ ਇੱਕ ਰਿਵੋਲਟ ਆ, ਯਾਨੀ ਕਿ ਐਵਰੇਜ ਆ। ਸੋ ਹਰ ਇੱਕ ਥਿੰਕਰ ਨੇ ਆਪਣੇ ਹਿਸਾਬ ਨਾਲ ਇਸ ਰਿਵੋਲਟ ਨੂੰ ਐਕਸਪਲੇਨ ਕਰਨ ਦੀ ਗੱਲ ਕੀਤੀ ਹੈ। ਹੁਣ ਉਹ ਜਿਹੜੇ ਸ਼ਖਸ ਨੇ ਜੋ ਕਿਹਾ ਹੈ ਉਹ ਤੁਹਾਡੇ ਸਾਹਮਣੇ ਮੈਂ ਸਟੋਰੀ 'ਚ ਦੱਸਦਾ। ਨੈਕਸਟ ਹੁਣ ਅੱਗੇ ਆ ਜਾਓ, ਕਹਿੰਦੇ ਜੀ ਆਜ਼ਾਦੀ ਵੇਲੇ ਦੀਆਂ ਅਖਬਾਰਾਂ ਬਹੁਤ ਇੰਪੋਰਟੈਂਟ ਆ, ਪੇਪਰ 'ਚ ਆ ਜਾਂਦਾ ਹੁੰਦਾ ਸਵਾਲ। ਆ ਜਿਹੜਾ ਅੱਜ ਤੁਸੀਂ ABP ਨਿਊਜ਼ ਪੜ੍ਹਦੇ ਹੋ, ਦੇਖਦੇ ਹੋ, ਸੋਰੀ, ਅਮਰ ਬਾਜ਼ਾਰ ਪੱਤਰਿਕਾ, ਆ ਜਦੋਂ 1878 'ਚ ਉਹ ਨਹੀਂ ਸੀ ਆ ਲਿਟਨ ਜਿਹਨੇ ਵਰਨੈਕੂਲਰ ਪ੍ਰੈਸ ਐਕਟ ਪਾਸ ਕੀਤਾ ਸੀ, ਰਾਤੋ ਰਾਤ ਇਹਨਾਂ ਨੇ ਆਪਣੀ ਅਖਬਾਰ ਅੰਗਰੇਜ਼ੀ ਕਰ ਲਈ ਸੀ, ਪਹਿਲਾਂ ਬੰਗਾਲੀ ਹੁੰਦੀ ਸੀ, ਠੀਕ ਆ। ਅਮਰ ਬਾਜ਼ਾਰ ਪੱਤਰਿਕਾ, ਸਿਸ਼ੀਰ ਕੁਮਾਰ ਘੋਸ਼, ਯੁਗਾਂਤਰ, ਆ ਸੁਣਿਆ ਤੁਹਾਡੇ 'ਚੋਂ ਯੁਗਾਂਤਰ ਕਿਸੇ ਨੇ, ਤੁਹਾਡੇ 'ਚੋਂ ਪੜ੍ਹੇ ਹੋਣੀ ਅਨੁਸਲੀਨ ਸਮਿਤੀ, ਉਹਨਾਂ ਦੀ ਅਖਬਾਰ ਚੱਲਦੀ ਸੀ ਯੁਗਾਂਤਰ। ਇਹ ਸਾਰੇ ਕ੍ਰਾਂਤੀਕਾਰੀ ਟਾਈਪ ਬੰਦੇ ਸੀ ਯੁਗਾਂਤਰ ਵਾਲੇ। ਇਹ ਸੀ ਬਰਿੰਦਰ ਕੁਮਾਰ ਘੋਸ਼, ਇਹਨਾਂ ਦੇ ਪਰਚੇ ਪਏ ਰਹਿੰਦੇ ਸੀ। ਅੱਗੇ ਆ ਗਿਆ ਜੀ ਰਸ਼ਤ ਗੁਫਤਾਰ, ਇਹ ਪਾਰਸੀ ਸ਼ਖਸ ਦਾਦਾ ਬਾਈ ਦੀ ਅਖਬਾਰ ਸੀ। ਇੱਕ ਆ ਗਿਆ ਜੀ ਇੰਡੀਅਨ ਮਿਰਰ, ਇਹ ਉਹਨਾਂ ਦੀ ਸੀ ਅਖਬਾਰ, ਇੰਡੀਅਨ ਮਿਰਰ ਬ੍ਰਹਮੋ ਸਮਾਜ ਵਾਲਿਆਂ ਦੀ, ਦਵਾਰਕਾ ਨਾਥ, ਦਵਿੰਦਰ ਨਾਥ ਟੈਗੋਰ ਹੋਣਾ ਦੀ। ਸੋ ਸਾਰੇ ਮੈਚ ਕਰਾਤੇ, ਪਰ ਗੱਲ ਇਹ ਨਹੀਂ, ਗੱਲ ਆ ਹੈ ਜਿਹੜੀ ਸਭ ਤੋਂ ਵੱਧ ਇੰਪੋਰਟੈਂਟ ਆ, ਕਿ ਭਾਰਤ 'ਚ ਪਹਿਲੀ ਅਖਬਾਰ 1780 'ਚ ਬੰਗਾਲ ਗਜ਼ਟ ਅੰਗਰੇਜ਼ੀ ਜੇਮਸ ਹਿੱਕੀ ਦੀ ਕੱਢੀ ਹੋਈ ਸੀ। ਫਿਰ ਸੰਵਾਦ ਕੁੰਮਦੀ ਰਾਮ ਮੋਹਨ ਰਾਏ, ਅਤੇ ਮਿਰਾਤ ਉਲ ਅਖਬਾਰ ਪਰਸ਼ੀਅਨ, ਇਹ ਵੀ ਰਾਮ ਮੋਹਨ ਰਾਏ ਦੀ। ਜਦੋਂ 1823 'ਚ ਅੰਗਰੇਜ਼ਾਂ ਨੇ ਪ੍ਰੈਸ ਐਕਟ ਲਿਆਂਦਾ ਨਾ, 1823 'ਚ ਪ੍ਰੈਸ ਐਕਟ ਅਖਬਾਰਾਂ 'ਤੇ ਪਾਬੰਦੀ ਲਾਉਣ ਵਾਲਾ, ਤਾਂ ਸੰਵਾਦ ਕੁੰਮਦੀ ਬੈਨ ਕਰਤੀ ਸੀ। ਫਿਰ ਉਸ ਤੋਂ ਬਾਅਦ ਰਸਤ ਗੁਫਤਾਰ, ਦਾਦਾ ਬਾਈ ਨਾਰੋਜੀ ਦਾ ਗੁਜਰਾਤੀ ਨਿਊਜ਼ ਪੇਪਰ ਸੀ। ਸੋਮ ਪ੍ਰਕਾਸ਼ ਈਸ਼ਵਰ ਚੰਦਰ ਵਿੱਦਿਆਸਾਗਰ ਦਾ ਬੜਾ ਇੰਪੋਰਟੈਂਟ ਆ, ਇੰਡੀਅਨ ਮਿਰਰ ਦਵਾਰਕਾ ਨਾਥ ਦਾ, ਅਮਰ ਬਾਜ਼ਾਰ ਪੱਤਰਿਕਾ ਸਿਸ਼ੀਰ ਕੁਮਾਰ ਘੋਸ਼ ਦਾ ਬਹੁਤ ਇੰਪੋਰਟੈਂਟ ਨਾਮ ਆ, ਤਹਿਬਜ਼ੀਬ ਉਲ ਹੱਕ ਅਲ ਹੱਕ, ਇਹ ਸੈਯਦ ਅਹਿਮਦ ਖਾਨ ਦਾ ਇੱਕ ਉਹ ਸੀਗਾ ਜਰਨਲ ਸੀਗਾ, ਜਿਹਦੇ 'ਚ ਮੁਸਲਮਾਨਾਂ ਨੂੰ ਅੰਗਰੇਜ਼ਾਂ ਦੇ ਫੇਵਰ 'ਚ ਜਾਣ ਦੀ ਗੱਲ ਕਰਦੇ ਸੀ ਅਤੇ ਕਹਿੰਦੇ ਸੀ ਕਿ ਅੰਗਰੇਜ਼ਾਂ ਤੋਂ ਨਫ਼ਰਤ ਨਾ ਕਰੋ। ਦਾ ਹਿੰਦੂ, ਸੁਬਰਾਮਨੀਅਮ ਅਯਰ ਅਤੇ ਵੀਰ ਰਾਘਵ ਆਚਾਰਿਆ, ਕੇਸਰੀ ਅਤੇ ਮਰਾਠਾ ਤਿਲਕ ਦਾ ਸੀਗਾ, ਸੁਧਾਰਕ ਅਰਗਰਕਰ ਦਾ ਸੀਗਾ, ਫਿਰ ਉਸ ਤੋਂ ਬਾਅਦ ਇੰਡੀਅਨ ਓਪੀਨੀਅਨ ਮਹਾਤਮਾ ਗਾਂਧੀ ਦਾ ਸੀਗਾ, ਯੁਗਾਂਤਰ ਪੜਾਤਾ ਕਾਮਰੇਡ ਜਿਹੜੇ ਸ਼ੌਕਤ ਅਲੀ ਅਤੇ ਮੁਹੰਮਦ ਅਲੀਆਂ 'ਚੋਂ ਮੁਹੰਮਦ ਅਲੀ ਭਰਾ ਸੀਗਾ ਉਹਦਾ ਸੀਗਾ, ਕਾਮਰੇਡ ਮੁਹੰਮਦ ਅਲੀ ਦਾ ਸੀਗਾ, ਅਤੇ ਅਲ ਭਲਾਗ ਇਹ ਅਬੁਲ ਕਲਾਮ ਆਜ਼ਾਦ, ਇਹ ਦੋਵੇਂ ਮੁਸਲਮਾਨ ਸੀ, ਇਹ ਦੋਵੇਂ 1919 'ਚ ਉਹਦੇ 'ਚ ਸੀਗੇ ਜਿਹੜੀ ਉਹ ਚੱਲੀ ਸੀ ਨਾ ਖਿਲਾਫਤ ਮੂਵਮੈਂਟ, ਅਤੇ ਅੰਗਰੇਜ਼ਾਂ ਨੇ ਫਿਰ ਇਹਨਾਂ ਨੂੰ ਸਜ਼ਾ ਪਤਾ ਕੀ ਦਿੱਤੀ, ਇਹਨਾਂ ਦੀਆਂ ਅਖਬਾਰਾਂ 'ਤੇ ਪਾਬੰਦੀਆਂ ਲਵਾਤੀਆਂ ਸੀ, ਇਹੋ ਜਿਹੇ ਕੰਮ ਤਾਂ ਕਰਦੇ ਰਹੇ ਆ। ਅਲ ਹਿਲਾਲ ਅਬਦੁਲ ਕਲਾਮ ਆਜ਼ਾਦ ਦਾ, ਇਹ ਵੀ ਉਹਨਾਂ ਦਾ ਹੀ ਸੀਗਾ। ਸੋ ਇਹ ਸਾਰੇ ਜਿਹੜੇ ਨਿਊਜ਼ ਪੇਪਰ ਨੇ, ਜਿਵੇਂ ਇੰਡੀਅਨ ਓਪੀਨੀਅਨ ਕਿਹਦਾ ਹੈ, ਨਿਊ ਇੰਡੀਆ ਕਿਹਦਾ ਹੈ, ਐਨੀ ਬਸੰਟ ਦਾ, ਸੋ ਕਈ ਤਾਂ ਇੰਨੇ ਕਨਫਿਊਜ਼ਿੰਗ ਆ, ਇੰਡੀਪੈਂਡੈਂਟ ਮੋਤੀ ਲਾਲ ਨਹਿਰੂ ਦਾ, ਦੇਖੋ ਨਿਊ ਇੰਡੀਆ ਐਨੀ ਬਸੰਟ ਦਾ, ਯੰਗ ਇੰਡੀਆ ਮਹਾਤਮਾ ਗਾਂਧੀ ਦਾ, ਮੂਕ ਨਾਇਕ ਅੰਬੇਦਕਰ ਸਾਹਿਬ ਦਾ, ਹਿੰਦੁਸਤਾਨ ਟਾਈਮ ਸੁੰਦਰ ਸਿੰਘ ਲੈਲਪੁਰੀ, ਹਰੀਜਨ ਮਹਾਤਮਾ ਗਾਂਧੀ ਦਾ, ਫਰੀ ਹਿੰਦੁਸਤਾਨ ਤਾਰਕ ਨਾਥ ਦਾ, ਅਤੇ ਹਿੰਦੁਸਤਾਨੀ ਦੈਨਿਕ ਮਦਨ ਮੋਹਨ ਮਾਲਵੀਆ ਦਾ। ਇੰਨੇ ਕੁ ਜ਼ਿਆਦਾ ਕਨਫਿਊਜ਼ਿੰਗ ਨਿਊਜ਼ ਪੇਪਰ ਨੇ ਨਾ, ਜੇ 2-3 ਵਾਰ ਨਾ ਪੜ੍ਹੇ ਤਾਂ ਗਏ। ਤੁਹਾਨੂੰ ਮੈਂ ਜਿਹੜਾ ਚੈਪਟਰ ਪੜ੍ਹਾਇਆ, ਇੱਕ ਫੋਲਡਰ ਸਪੈਸ਼ਲੀ ਬਣਾ ਕੇ ਦਿੱਤਾ ਹੋਇਆ ਬ੍ਰਿਟਿਸ਼ ਪੋਲਿਸੀਜ਼, ਉੱਥੇ ਉਹਦੇ ਅੰਦਰ ਮੈਂ ਪ੍ਰੈਸ ਪੜ੍ਹਾਈ ਆ, ਉਹਦੇ ਅੰਦਰ ਮੈਂ ਪੜ੍ਹਾਈ ਹੈ ਤੁਹਾਨੂੰ ਜੁਡੀਸ਼ਰੀ, ਉਹਦੇ ਅੰਦਰ ਪੜ੍ਹਾਇਆ ਤੁਹਾਨੂੰ ਮੈਂ ਕੌਂਸਟੀਟਿਊਸ਼ਨਲ ਰਿਫੋਰਮਸ ਬਾਏ ਅੰਗਰੇਜ਼, ਸਭ ਕੁਛ ਉਹਦੇ 'ਚ ਆ, ਅਤੇ ਉਹਦੇ 'ਚ ਸਟੇਬਲ ਬਣੇ ਹੋਏ ਆ। ਇਸ ਟੇਬਲ ਨੂੰ ਕਰੇ ਬਿਨਾਂ ਜਾਣਾ ਨਹੀਂ, ਤੁਸੀਂ ਰੱਟਾ ਮਾਰ ਲਿਓ, ਫਿਰ ਕਹੋਗੇ ਦੱਸਿਆ ਨਹੀਂ। ਕਹਿੰਦੇ ਜੀ ਉਹ ਕਿਹੜਾ ਸ਼ਖਸ ਆ ਜਿਹਨੇ ਫਿਲੋਸਫੀ ਆਫ ਬੰਬ ਨਾਮ ਦੀ ਕਿਤਾਬ ਲਿਖੀ ਹੈ, ਭਗਤ ਸਿੰਘ ਹੋਣਾ ਦਾ ਸਾਥੀ, ਮਹਾਤਮਾ ਗਾਂਧੀ ਜਦੋਂ ਭਗਤ ਸਿੰਘ ਬਾਰੇ ਵਾਰ ਵਾਰ ਗਲਤ ਕਮੈਂਟ ਕਰ ਰਹੇ ਸੀਗੇ, ਕਿਉਂਕਿ ਮਹਾਤਮਾ ਗਾਂਧੀ ਥੋੜ੍ਹਾ ਜਿਹਾ ਵਾਇਲੈਂਸ ਦੇ ਖਿਲਾਫ਼ ਸੀ, ਸੋ ਉਦੋਂ ਭਗਵਤੀ ਚੰਦਰ ਬੋਹਰਾ ਨੇ ਆਪਣੀ ਕਿਤਾਬ ਲਿਖੀ ਹੈ, ਮਤਲਬ ਕਿ ਆਪਣੀ ਕੀ ਨਾਮ ਉਹਦਾ, ਫਿਲੋਸਫੀ ਆਫ ਬੰਬ। ਐਕਚੁਲੀ ਕਹਿੰਦੇ ਆ ਕਿ ਗਾਂਧੀ ਇਹਨਾਂ ਦਾ ਸਕੀਮ ਸੀ, ਭਗਤ ਸਿੰਘ ਦੀ ਫਾਂਸੀ ਤੋਂ ਪਹਿਲਾਂ ਇਹਨਾਂ ਦੀ ਇੱਕ ਸਕੀਮ ਸੀਗੀ ਕਿ ਅਸੀਂ ਨਾ ਇਰਵਿਨ ਆਉਣਾ ਹੈ, ਉਹ ਉਸ ਟਾਈਮ ਦਾ ਗਵਰਨਰ ਜਨਰਲ ਸੀਗਾ ਇਰਵਿਨ, ਕਹਿੰਦੇ ਉਹਨੂੰ ਚੱਕਣਾ ਅਸੀਂ। ਸੋ ਉਹਨੂੰ ਚੱਕਣ ਵਾਸਤੇ ਇਹਨਾਂ ਨੇ ਉਹਦੀ ਟ੍ਰੇਨ 'ਤੇ ਬੰਬ ਲਾਤਾ ਦਿੱਲੀ ਰੇਲਵੇ ਰੈਲ 'ਤੇ, ਖੈਰ ਇਰਵਿਨ ਬਚ ਗਿਆ, ਅਤੇ ਗਾਂਧੀ ਨੇ ਫਿਰ ਲੇਖ ਲਿਖਿਆ ਸੀਗਾ ਦ ਕਲਟ ਆਫ ਬੰਬ, ਠੀਕ ਆ, ਕਿ ਬੇਸਿਕਲੀ ਇਹ ਬੰਬ ਦੇ ਡਰਾਵੇ ਨੂੰ ਲੈ ਕੇ ਉਹ ਦੱਸਣਾ ਚਾਹੁੰਦੇ ਸੀਗੇ। ਸੋ ਇਹ ਗੱਲ ਇਹਦੇ 'ਚ ਨਾ ਉਹਨਾਂ ਨੇ ਭਾਰਤੀ ਕ੍ਰਾਂਤੀਕਾਰੀਆਂ ਨੂੰ ਬੜਾ ਮਾੜਾ ਚੰਗਾ ਗਿਆ, ਸੋ ਉਹਦੇ ਅਗੇਂਸਟ ਜਾ ਕੇ ਫਿਰ ਇਹਨਾਂ ਨੇ ਫਿਰ ਲਿਖੀ ਸੀਗੀ ਫਿਲੋਸਫੀ ਆਫ ਬੰਬ, ਠੀਕ ਆ ਨਾ। ਸੋ ਇਹ ਇੱਕ ਆਪਣੇ ਆਪ 'ਚ ਇੰਪੋਰਟੈਂਟ ਗੱਲ ਆ ਕਿ ਭਗਵਤੀ ਚੰਦਰ ਬੋਹਰਾ, ਉਹਨਾਂ ਦੀ ਵਾਈਫ ਦੁਰਗਾਵਤੀ ਬੋਹਰਾ, ਇਤਿਹਾਸ ਉਹਨਾਂ ਨੂੰ ਇਸ ਕਰਕੇ ਯਾਦ ਰੱਖੂਗਾ ਕਿ ਭਗਤ ਸਿੰਘ ਦੇ ਨਾਲ ਭੇਸ ਬਦਲ ਕੇ
ਜਦੋਂ ਭਗਤ ਸਿੰਘ ਹੁਣੀ ਸਾਂਡਰਸ ਨੂੰ ਮਾਰਦੇ ਆ ਤਾਂ ਭੇਸ ਬਦਲ ਕੇ ਉਹ ਫਿਰ ਉਹਨਾਂ ਨੂੰ ਕਲਕੱਤੇ ਲੈ ਕੇ ਜਾਂਦੀ ਹੈ। ਸੋ ਬੜੀ ਇੰਪੋਰਟੈਂਟ ਗੱਲਾਂ ਨੇ, ਪਤਾ ਹੋਣੀਆਂ ਚਾਹੀਦੀਆਂ। 13ਵਾਂ ਸਵਾਲ, ਤੁਹਾਨੂੰ ਸਵਾਲਾਂ ਦਾ ਲੈਵਲ ਤਾਂ ਸਮਝ ਆ ਹੀ ਰਿਹਾ ਹੋਊਗਾ ਕਿ ਹਾਂ ਵਾਕਈ ਜੇ ਥੋਰੋਲੀ ਤੁਸੀਂ ਚੈਪਟਰ ਪੜ੍ਹੇ ਹੋਣਗੇ ਤਾਂ ਤੁਸੀਂ ਮਾਡਰਨ ਹਿਸਟਰੀ ਦੇ ਸਵਾਲਾਂ ਦੇ ਹੱਲ ਕਰ ਸਕਦੇ ਹੋ। ਪੇਪਰ ਲਗਾਤਾਰ 13-14 ਤੋਂ 15 ਵਾਲਾ, 17 ਵਾਲਾ ਅਤੇ 17 ਤੋਂ 18 ਵਾਲਾ ਔਖਾ ਹੀ ਆਇਆ ਹੈ। ਸੋ ਤੁਸੀਂ ਅਗਲਾ ਮੈਂ ਜਿਹੜਾ ਸਬਜੈਕਟ ਸੋਲਵ ਕਰਾਉਣਾ ਹੈ ਉਹ ਪੋਲਿਟੀ ਆ, ਅਤੇ ਪੋਲਿਟੀ ਦੇ 40 ਸਵਾਲ ਆ, ਕਿਉਂਕਿ ਮੈਂ ਤੁਹਾਨੂੰ 60 ਸਵਾਲ ਆ ਪੋਲਿਟੀ ਦੇ, ਉਹਦੀ ਇੱਕ ਵਜ੍ਹਾ ਹੈ ਕਿਉਂਕਿ ਮੈਂ ਦੱਸ ਚੁੱਕਿਆ ਤੁਹਾਨੂੰ ਕਿ ਮਾਡਰਨ ਹਰ ਪੇਪਰ 'ਚ ਕਿਹੜੇ ਕਿਹੜੇ ਸਬਜੈਕਟ 'ਚੋਂ ਕਿੰਨੇ ਕਿੰਨੇ ਸਵਾਲ ਆਉਂਦੇ ਆ, ਤਾਂ ਪੋਲਿਟੀ 'ਚ ਉਹਨਾਂ ਨੇ 20 ਸਵਾਲ ਰੱਖੇ ਹੋਏ ਆ, ਉਸ ਕਾਇਦੇ ਨਾਲ ਫਿਰ 60 ਸਵਾਲ ਬਣਦੇ ਆ ਤਿੰਨਾਂ ਪੇਪਰਾਂ ਦੇ, ਤਾਂ ਉਹ ਫਿਰ 25-25 ਕਰਕੇ ਜਾਂ 30-30 ਕਰਕੇ ਸੋਲਵ ਹੋਣਗੇ, ਠੀਕ ਆ। ਸੋ ਉਹ ਦੋ ਲੈਕਚਰਸ ਦੇ ਵਿੱਚ ਕਵਰ ਹੋਊਗੀ, ਉਸ ਤੋਂ ਪਹਿਲਾਂ ਸ਼ਾਇਦ 30 ਸਵਾਲ ਸਾਇੰਸ ਦੇ ਆ, ਮੈਂ ਉਹ ਟਾਰਗੇਟ 'ਤੇ ਲੈ ਕੇ ਪਹਿਲਾਂ ਉਹ ਕੰਪਲੀਟ ਕਰਾ ਦੂੰਗਾ। ਉਮੀਦ ਕਰਦਾ ਕਿ ਤੁਹਾਨੂੰ ਇਹ ਸਾਰਾ ਸਮਝ ਆ ਰਿਹਾ ਹੋਊਗਾ, ਠੀਕ ਆ। ਅਤੇ ਮੈਂ ਮੇਰੀ ਇੱਕ ਤੁਹਾਨੂੰ ਵੀ ਰਾਏ ਆ ਕਿ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਮਾਸਟਰ ਕਲਾਸਿਸ ਪਟਿਆਲਾ ਨਾਲ ਹੇਠ ਲਿਖੇ ਕੋਰਸਿਸ 'ਚੋਂ ਕੋਈ ਕੋਰਸ ਨਾਲ ਜੁੜਨਾ ਚਾਹੁੰਦੇ ਹੋ, ਜੇ ਤੁਸੀਂ ਰਜਿਸਟਰ A2 ਅਤੇ C ਦੀਆਂ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਮਾਸਟਰ ਕਲਾਸਿਸ ਪਟਿਆਲਾ ਦੀ ਜਿਹੜੀ ਐਪ ਆ, ਠੀਕ ਆ, ਜਿਹੜੀ ਐਂਡਰੋਇਡ 'ਤੇ ਤਾਂ ਹੈਗੀ ਆ ਮਾਸਟਰ ਕਲਾਸਿਸ ਪਟਿਆਲਾ, ਅਤੇ ਆਈਫੋਨ 'ਤੇ ਆ ਮਾਈ ਇੰਸਟੀਟਿਊਟ, ਠੀਕ ਆ, ਮਾਈ ਇੰਸਟੀਟਿਊਟ। ਅਤੇ ORG ਕੋਡ ਹੈਗਾ ਜੀ MVWOG। ਤੁਸੀਂ ਸਾਡੇ ਨਾਲ 77 0 78 77 0 78 000 72 ਮੇਰੀ ਟੀਮ ਦਾ ਨੰਬਰ ਆ, ਅਤੇ ਕਲਾਸ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ 85588 85588 00 797। ਤੁਸੀਂ ਕੋਈ ਵੀ ਕੁਐਰੀ ਹੋਵੇ, ਈਵਨ ਕਿ ਮੈਂ ਇੱਕ ਵੀਡੀਓ ਸਟ੍ਰੈਟੇਜੀ ਵੀਡੀਓ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਵੀ ਰੱਖੀ ਹੋਈ ਹੈ ਸਟ੍ਰੈਟੇਜੀ ਵੀਡੀਓ ਆਫ ਰਜਿਸਟਰ, ਉਹ ਵੀ ਜ਼ਰੂਰ ਦੇਖਿਓ, ਉਹਦੇ 'ਚ ਮੈਂ ਸਟ੍ਰੈਟੇਜੀ ਵੀ ਦੱਸੀ ਹੈ ਅਤੇ ਸਾਰਾ ਕੁਝ ਸਮਝਾਇਆ ਵੀ ਹੋਇਆ ਕਿ ਤੁਸੀਂ ਕਿਵੇਂ PCS ਦੇ ਇਸ ਪੇਪਰ ਨੂੰ ਐਟਲੀਸਟ ਟਾਰਗੇਟ ਕਰ ਸਕਦੇ ਹੋ। ਆ ਜਾਓ ਜੀ ਆਪਾਂ ਅੱਗੇ ਚੱਲਦੇ ਹਾਂ, ਠੀਕ ਹੈ। ਅਸੀਂ ਪਹੁੰਚ ਗਏ ਸੀ ਸਵਾਲ ਨੰਬਰ 13 'ਤੇ, ਠੀਕ ਆ। ਸੋ ਅਸੀਂ ਇਸ ਸਵਾਲ 'ਤੇ ਪਹੁੰਚ ਗਏ ਸੀ 13ਵੇਂ ਸਵਾਲ 'ਤੇ, ਕਹਿੰਦੇ ਮਹਾਤਮਾ ਗਾਂਧੀ ਨੇ ਪਹਿਲੀ ਰਾਊਂਡ ਟੇਬਲ ਕਾਨਫਰੰਸ ਅਟੈਂਡ ਕੀਤੀ ਹੈ। ਬਿਲਕੁਲ ਗਲਤ, ਮਹਾਤਮਾ ਗਾਂਧੀ ਨੇ ਤਾਂ ਪਹਿਲੀ ਰਾਊਂਡ ਟੇਬਲ ਕਾਨਫਰੰਸ ਅਟੈਂਡ ਹੀ ਨਹੀਂ ਕੀਤੀ, ਉਸ ਤੋਂ ਬਾਅਦ ਗਾਂਧੀ ਇਰਵਿਨ ਸਮਝੌਤਾ ਹੋਇਆ, ਫਿਰ ਦੂਜੀ ਕਰਕੇ ਆਏ ਸੀ। ਕਹਿੰਦੇ ਸਿਵਲ ਡਿਸਓਬੀਡੈਂਸ ਜਿਹੜਾ ਸੀ ਉਹਨੂੰ ਵਿਦਡਰਾਅ ਕਰ ਲਿਆ ਗਿਆ ਸੀਗਾ ਜਦੋਂ ਗਾਂਧੀ ਇਰਵਿਨ ਪੈਕਟ ਪਾਸ ਹੋਇਆ, ਕਿੱਡੀ ਕੰਸੈਪਚੁਅਲ ਲਾਈਨ, ਵਿਦਡਰਾਅ ਨਹੀਂ ਕੀਤਾ ਗਿਆ, ਵਾਪਸ ਨਹੀਂ ਲਿਆ ਗਿਆ, ਜਸਟ ਸਸਪੈਂਡ ਕੀਤਾ ਗਿਆ ਸੀਗਾ। ਸੋ ਦੂਜੀ ਲਾਈਨ ਵੀ ਗਲਤ ਹੋ ਗਈ, ਇਰਵਿਨ ਨੇ ਗਾਂਧੀ ਦੀ ਭਗਤ ਸਿੰਘ ਨੂੰ ਮਾਫ਼ ਕਰਨ ਦੀ ਜਿਹੜੀ ਮੰਗ ਸੀਗੀ ਉਹਨੂੰ ਠੁਕਰਾਤਾ। ਬਿਲਕੁਲ ਸਹੀ ਗੱਲ ਆ, ਯਾਦ ਆ ਨਾ ਮੈਂ ਸਾਰੀ ਸਟੋਰੀ ਇਹਦੇ 'ਚ ਵੀ ਦੱਸੀ ਆ, ਲੈਕਚਰ 'ਚ ਤਾਂ ਪੜ੍ਹਾਈ ਹੋਈ ਹੈ, ਇੱਥੇ ਵੀ ਪੂਰੀ ਦੱਸੀ ਆ। March 1931 ਦਾ ਜਿਹੜਾ ਸੈਸ਼ਨ ਹੋਇਆ ਸੀ ਕਰਾਚੀ 'ਚ, ਉੱਥੇ ਗਾਂਧੀ ਇਰਵਿਨ ਪੈਕਟ ਨੂੰ ਇੰਡੋਰਸ ਕੀਤਾ ਗਿਆ। ਬਿਲਕੁਲ ਸਹੀ ਆ, ਚੌਥਾ ਵੀ ਸਹੀ ਆ, ਤੀਜਾ ਵੀ ਸਹੀ ਆ। ਕਹਿੰਦਾ ਜੀ ਰੋਂਗ ਸਟੇਟਮੈਂਟ, ਦੱਸੋ ਇਸ ਹਿਸਾਬ ਨਾਲ ਰੋਂਗ ਹੋ ਗਈ 1 and 2, ਆ ਚੱਕੋ ਜੀ 1 and 2 ਰੋਂਗ ਹੋ ਗਈ, ਕਹਾਣੀ ਸਮਝ ਆ ਗਈ। ਨੈਕਸਟ ਉਸ ਤੋਂ ਬਾਅਦ ਅੱਗੇ ਆ ਜਾਓ। ਸੋ BR ਅੰਬੇਦਕਰ ਅਤੇ ਤੇਜ ਬਹਾਦਰ ਸਪਰੂ ਹੀ ਉਹ ਦੋ ਬੰਦੇ ਆ ਜਿਨ੍ਹਾਂ ਨੇ ਤਿੰਨੇ ਅਟੈਂਡ ਕੀਤੀਆਂ। ਸਿਵਲ ਡਿਸਓਬੀਡੈਂਸ ਬਾਰੇ ਵੀ ਦੱਸ ਚੁੱਕਿਆ ਮੈਂ ਤੁਹਾਨੂੰ ਸਾਰੀ ਕਹਾਣੀ। ਕਹਿੰਦੇ ਪੁਰਤਗਾਲੀਆਂ ਦਾ ਉਹ ਕਿਹੜਾ ਗਵਰਨਰ ਆ ਜਿਹਨੇ ਅਰਬ ਅਤੇ ਇਜਿਪਸ਼ੀਅਨਸ ਜਿਹੜੇ ਆ ਉਹਨਾਂ ਨੂੰ ਹਰਾਇਆ ਸੀਗਾ, ਠੀਕ ਆ। ਦੇਖੋ ਪੁਰਤਗਾਲੀਆਂ ਦਾ ਭਾਰਤ 'ਚ ਪਹਿਲਾ ਗਵਰਨਰ ਸੀ ਐਲਮੀਡਾ। ਐਲਮੀਡਾ ਦੇ ਸਭ ਤੋਂ ਵੱਧ ਜ਼ੋਰ ਲੱਗਿਆ ਸੀਗਾ ਕਿ ਜਦੋਂ ਪੁਰਤਗਾਲੀ ਨਵੇਂ ਨਵੇਂ ਭਾਰਤ 'ਚ ਆਏ ਨਾ, ਉਸ ਟਾਈਮ ਭਾਰਤ ਦੀ ਆ ਜਿਹੜੀ ਪੱਛਮੀ ਕੋਸਟ ਬੰਦਰਗਾਹ ਸੀ, ਇੱਥੇ ਬਹੁਤ ਸਾਰੇ ਇਜਿਪਸ਼ੀਅਨ ਪਹਿਲਾਂ ਹੀ ਪੰਗਾ ਪਾਈ ਬੈਠੇ ਸੀ, ਅਤੇ ਅਰਬ ਦੇ ਲੋਕ ਇੱਥੋਂ ਆਏ ਸੀਗੇ, ਇਜਿਪਟ ਇੱਥੋਂ ਆਇਆ ਸੀ ਅਤੇ ਅਰਬ ਇੱਥੋਂ, ਉਹਨਾਂ ਨੂੰ ਖਦੇੜ ਕੇ ਪੁਰਤਗਾਲੀ ਆਏ ਆ। ਅਤੇ ਸਭ ਤੋਂ ਪਹਿਲਾਂ ਇਹ ਕੰਮ ਕਿਹਨੇ ਕੀਤਾ ਹੈ, ਜਿਹੜਾ ਸਭ ਤੋਂ ਪਹਿਲਾਂ ਆਇਆ, ਨਾਮ ਕੀ ਸੀ? ਫਰੈਂਕੀਆਸ ਡੀ ਐਲਮੀਡਾ। ਉਸ ਤੋਂ ਬਾਅਦ ਐਲਬਰੂਕੀ ਨੇ ਆ ਕੇ ਉਹਨਾਂ ਦੇ ਕੰਮ ਨੂੰ, ਉਹਨਾਂ ਦੇ ਗਵਰਨਰ, ਉਹਨਾਂ ਦੇ ਰਾਜ ਨੂੰ ਭਾਰਤ 'ਚ ਸਥਾਪਿਤ ਕਰਤਾ। ਫਿਰ ਨੀਨੋਕੂਨੋ ਵਰਗਿਆਂ ਨੇ ਆ ਕੇ ਅੱਗੇ ਐਕਸਪੈਂਡ ਕੀਤਾ, ਰਾਜਧਾਨੀ ਨੂੰ ਕੋਚੀਨ ਤੋਂ ਸ਼ਿਫਟ ਕਰਕੇ ਗੋਆ ਕਰਤਾ, ਅਤੇ ਹੋਰ ਹੁਗਲੀ ਤੱਕ ਐਕਸਪੈਂਸ਼ਨ ਕੀਤੀ। ਸੋ ਹਰ ਇੱਕ ਪੁਰਤਗਾਲੀ ਗਵਰਨਰ ਜਨਰਲ ਦਾ ਆਪਣਾ ਕੰਮ ਆ। ਕਹਿੰਦੇ ਮਰਾਠਾ ਜਨਰਲ ਸੀਗਾ, ਠੀਕ ਆ, ਮਰਾਠਾ ਜਨਰਲ ਜਿਹੜੇ ਆ, ਕਿਹੜੇ ਮਰਾਠੇ ਜਨਰਲ ਦੇ ਤਹਿਤ ਦੂਜੀ ਬੈਟਲ ਆਫ ਕਾਟਵਾ ਜਿਹੜੀ ਆ ਉਹਦੇ 'ਚ ਉਹ ਲੜੀ ਗਈ ਆ? ਦੈਟ ਵਾਜ਼ ਅੰਡਰ ਰਘੂਬਾਈ ਬੌਂਸਲੇ। ਇਹ ਏਨਸ਼ੀਅੰਟ ਅਤੇ ਮਡੀਵਲ ਦੇ ਵਿੱਚ ਵਿਚਾਲੇ ਜੀ ਦਾ ਟੋਪਿਕ ਆ, ਅਤੇ ਇਹ ਆਪਾਂ ਕਵਰ ਵੀ ਨਹੀਂ ਕਰਦੇ। ਅਤੇ ਇਹ ਇੱਕ ਗੱਲ ਹੋਰ, UPSC ਦੀ ਤਿਆਰੀ ਕਰਨ ਵਾਲਾ ਵੀ ਕੋਈ ਕਵਰ ਨਹੀਂ ਕਰਦਾ, ਇੰਨਾ ਚੱਕ ਕੇ ਸਵਾਲ ਪਾਇਆ। ਅਤੇ ਕਈ ਵਾਰੀ ਹੁੰਦਾ ਹੈ ਕਿ ਸਵਾਲ ਕਿਤੋਂ ਵੀ ਚੱਕ ਕੇ ਪਾ ਦਿੱਤਾ ਜਾਂਦਾ ਹੈ। ਮਰਾਠੇ ਜਦੋਂ ਬੰਗਾਲੀਆਂ ਨਾਲ ਲੜੇ ਆ
ਤਾਂ ਮਰਾਠੇ ਜਦੋਂ ਬੰਗਾਲੀਆਂ ਨਾਲ ਲੜੇ ਆ ਤਾਂ ਇਸ ਲੜਾਈ ਨੂੰ ਲੜਨ ਵਾਸਤੇ ਜਿਹੜਾ ਇਹਨਾਂ ਦਾ ਆਪਣਾ ਮਰਾਠਿਆਂ ਦਾ ਨਾਗਪੁਰ ਦਾ ਰਾਜਾ ਸੀਗਾ ਰਘੂਬਾਈ ਭੌਂਸਲੇ ਉਹਨੇ ਲੀਡ ਕੀਤਾ ਸੋ ਉਹਦੇ ਤਹਿਤ ਉਹਦੇ ਅੰਡਰ ਕਾਟਵਾ ਦੀ ਲੜਾਈ ਲੜੀ ਗਈ ਆ ਨੈਕਸਟ ਉਸ ਤੋਂ ਬਾਅਦ ਭਾਰਤ 'ਚੋਂ ਕਿਹੜਾ ਗਵਰਨਰ ਜਨਰਲ ਆ ਜਿਹਨੇ ਭਾਰਤ 'ਚ ਪੋਸਟਲ ਸਿਸਟਮ ਸ਼ੁਰੂ ਕੀਤਾ ਹੈ ਉਹੀ ਗਵਰਨਰ ਜਨਰਲ ਜਿਹਨੂੰ ਭਾਰਤ ਦਾ ਮੈਨ ਆਫ ਮੈਨੂਫੈਕਚਰਰ ਆਫ ਜਾਂ ਮੇਕਰ ਆਫ ਮਾਡਰਨ ਇੰਡੀਆ ਆਧੁਨਿਕ ਭਾਰਤ ਬਣਾਉਣ ਵਾਲੇ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਅਤੇ ਨਾਮ ਆ ਡਲਹੌਜ਼ੀ ਠੀਕ ਆ ਅਤੇ ਉਸੇ ਕਰਕੇ ਕਹਿੰਦੇ 1857 ਦੇ ਰਿਵੋਲਟ ਦਾ ਬੀਜ ਜਿਹੜਾ ਸੀਗਾ ਜਾਂ ਚੰਗਾਰੀ ਸੀ ਉਹਨੂੰ ਭਖਾਹਟ ਮਿਲੀ ਸੀ ਭਿੱਖੀ ਸੀ ਭੱਖੀ ਸੀ ਪੰਗ ਚੰਗਾਰੀ ਉਸ ਤੋਂ ਪਹਿਲਾਂ ਤਾਂ ਸੁਲਗ ਰਹੀ ਸੀ ਨਾ ਭੱਖ ਗਈ ਪੂਰੀ ਉਹਦੇ ਵੇਲੇ ਕਿਉਂਕਿ ਉਹਨੇ ਇਹੋ ਜਿਹੇ ਪੁੱਠੇ ਕੰਮ ਕੀਤੇ ਈਸ਼ਵਰ ਚੰਦਰ ਵਿੱਦਿਆਸਾਗਰ ਦੇ ਕਹਿਣ 'ਤੇ ਉਹਨੇ ਇੱਕ ਐਕਟ ਪਾਸ ਕਰਤਾ ਸੀਗਾ ਐਕਟ ਨੂੰ ਸਾਈਨ ਕਰਤੇ ਸੀ ਲਾਗੂ ਉਹਦੇ ਜਾਣ ਤੋਂ ਬਾਅਦ ਹੋਇਆ ਸੀਗਾ ਵਿਡੋ ਰਿਮੈਰਿਜ ਐਕਟ ਪਰ ਉਹਨੇ ਇਹੋ ਜਿਹੇ ਕੰਮ ਕੀਤੇ ਉਹਦਾ ਇੱਕ ਕੰਮ ਸੀ ਭਾਰਤ 'ਚ ਪੋਸਟਲ ਸਿਸਟਮ ਲੈ ਕੇ ਆਉਣਾ ਚਿੱਠੀ ਪੱਤਰ ਵਾਲਾ ਸਿਸਟਮ ਉਹ ਲੈ ਕੇ ਆਇਆ ਸੀ ਭਾਰਤ 'ਚ ਫਿਲਹਾਲ ਤਾਂ ਮੈਂ ਇਹਦੇ ਬਾਰੇ ਸਿਰਫ ਇੰਨਾ ਹੀ ਦੱਸ ਸਕਦਾ ਇਸ ਤੋਂ ਬਾਅਦ ਵੀ ਬਹੁਤ ਕੁਛ ਆ ਡਾਕਟਰਾਈਨ ਆਫ ਲੈਪਸ ਜਿਹਨੂੰ ਪੰਜਾਬੀ 'ਚ ਕਹਿੰਦੇ ਆ ਹੜੱਪਣ ਦੀ ਨੀਤੀ ਹੜ ਦੀ ਨੀਤੀ ਜਿਹਦੇ ਤਹਿਤ ਭਾਰਤ ਦੀਆਂ ਕਈ ਸਟੇਟਾਂ ਨੂੰ ਅਨੈਕਸ ਕਰ ਲਿਆ ਗਿਆ ਸੀ ਉਹ ਵੀ ਇਹੀ ਪੁੱਠੇ ਕੰਮ ਕਰਦਾ ਰਿਹਾ ਨੈਕਸਟ ਕਹਿੰਦੇ ਭਾਰਤੀ ਰਾਸ਼ਟਰੀ ਕਾਂਗਰਸ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਿਹੜੇ ਸੈਸ਼ਨ ਦੇ ਵਿੱਚ ਆਲ ਇੰਡੀਆ ਕਾਂਗਰਸ ਸਭਾ ਬਣੀ ਸੀ ਕਹਿੰਦੇ ਬਿਹਾਰ ਤੋਂ ਇੱਕ ਬੜੇ ਮਸ਼ਹੂਰ ਕਾਂਗਰਸੀ ਸੀਗੇ ਸਹਿਜਨੰਦ ਸਰਸਵਤੀ ਠੀਕ ਆ ਉਹਨਾਂ ਨੇ ਕਾਂਗਰਸ ਦੇ ਨਾਲ ਮਿਲ ਕੇ ਉਹਨਾਂ ਦਾ ਜਿਹੜਾ ਕਾਨਪੁਰ ਦਾ ਲਖਨਊ ਸੈਸ਼ਨ ਸੀਗਾ 1936 ਵਾਲਾ ਉੱਥੇ ਇਹਦੀ ਸਥਾਪਨਾ ਕੀਤੀ ਸੀ ਆਲ ਇੰਡੀਆ ਕਾਂਗਰਸ ਠੀਕ ਆ ਸੋਰੀ ਆਲ ਇੰਡੀਆ ਕਿਸਾਨ ਸਭਾ ਜਿਹਨੂੰ ਅਖਿਲ ਭਾਰਤੀ ਕਿਸਾਨ ਸਭਾ ਵੀ ਕਿਹਾ ਜਾਂਦਾ ਹੈ ਆਲ ਇੰਡੀਆ ਕਿਸਾਨ ਸਭਾ ਆਲ ਦਾ ਮਤਲਬ ਆ ਸਾਰਾ ਭਾਰਤ ਅਖਿਲ ਭਾਰਤੀ ਹੈ ਅਖਿਲ ਦਾ ਮਤਲਬ ਹੁੰਦਾ ਸਾਰਾ ਆਲ ਅਖਿਲ ਭਾਰਤੀ ਕਿਸਾਨ ਸਭਾ ਅਤੇ ਇੰਗਲਿਸ਼ 'ਚ ਕਹਿ ਲਓ ਆਲ ਇੰਡੀਆ ਕਿਸਾਨ ਸਭਾ ਠੀਕ ਆ ਸੋ ਇਸ ਦੀ ਸ਼ੁਰੂਆਤ ਭਾਰਤ 'ਚ 1936 ਦੇ ਲਖਨਊ ਸੈਸ਼ਨ 'ਚ ਹੋਈ ਸੀ ਕਿਸਾਨ ਸਭਾ ਪਹਿਲਾਂ ਹੀ ਬਣ ਗਈ ਸੀ ਪਰ ਉਹਦੇ ਮੋਹਰ ਕਾਨਪੁਰ ਦੇ 1936 ਵਾਲੇ ਸੈਸ਼ਨ 'ਚ ਲੱਗੀ ਸੀ ਠੀਕ ਆ ਸੋ ਤੁਸੀਂ ਇਹ ਕਮੈਂਟ ਕਰਕੇ ਮੈਨੂੰ ਦੱਸਣਾ ਹੈ ਅਤੇ ਸਰਚ ਕਰਕੇ ਦੱਸਣਾ ਹੈ ਕਿ 1936 ਦਾ ਸੈਸ਼ਨ ਕਾਂਗਰਸ ਦਾ ਕਿੰਨੇ ਪ੍ਰਿਸਾਈਡ ਕੀਤਾ ਹੈ ਪ੍ਰਧਾਨਗੀ ਕਿੰਨੇ ਕੀਤੀ ਹੈ ਅਤੇ ਉਸ ਤੋਂ ਅਗਲੇ ਸਾਲ ਵਾਲਾ ਸੈਸ਼ਨ ਕਿੱਥੇ ਹੋਇਆ 37 ਵਾਲਾ ਅਤੇ ਉਹਦੀ ਪ੍ਰਧਾਨਗੀ ਕਿੰਨੇ ਕੀਤੀ ਹੈ ਇਹ ਬਹੁਤ ਇੰਪੋਰਟੈਂਟ ਆ ਅਤੇ ਇਹਦੇ ਨਾਲ ਹੀ ਤੁਸੀਂ ਮੈਨੂੰ ਇਹ ਵੀ ਦੱਸਣਾ ਹੈ ਕਿ 38 ਅਤੇ 39 ਵਾਲੇ ਦੀ ਪ੍ਰਧਾਨਗੀ ਕਿੰਨੇ ਕੀਤੀ ਹੈ ਤੁਸੀਂ ਕਹੋਗੇ ਐਵੇਂ ਤਾਂ ਪੁੱਛੀ ਹੋਈ ਜਾਓਗੇ ਨਾ ਇਹ ਚਾਰ ਸੈਸ਼ਨ ਬਹੁਤ ਇੰਪੋਰਟੈਂਟ ਆ ਫਿਰ ਉਸ ਤੋਂ ਬਾਅਦ 40 ਤੋਂ ਲੈ ਕੇ 46 ਤੱਕ ਦਾ ਪ੍ਰਧਾਨ ਕੌਣ ਆ ਇੱਕੋ ਹੀ ਪ੍ਰਧਾਨ ਐਂਡ ਤੱਕ ਰਿਹਾ 47 ਤੱਕ ਇੱਕ ਐਡੀ ਇੰਟਰਸਟਿੰਗ ਗੱਲ ਸੋ ਇਹ ਵੀ ਤੁਸੀਂ ਦੱਸਣਾ ਹੈ ਅਤੇ ਇਹ ਵੀ ਦੱਸਣਾ ਮੈਨੂੰ ਕਿ 47  'ਚ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਕਾਂਗਰਸ ਦੀ ਪ੍ਰਧਾਨਗੀ ਦੀ ਵਾਗਡੋਰ ਕਿਹੜੇ ਸ਼ਖਸ ਦੇ ਹੱਥ 'ਚ ਸੀ ਕਿੱਡੀ ਇੰਪੋਰਟੈਂਟ ਗੱਲ ਹੋ ਗਈ ਇੱਕ ਗੱਲ 'ਚੋਂ ਗੱਲ ਕੱਢੀ ਅਤੇ ਤੁਹਾਨੂੰ ਮੈਂ ਦੱਸਤਾ ਨੈਕਸਟ ਉਸ ਤੋਂ ਬਾਅਦ ਅੱਗੇ ਆ ਜਾਓ ਕਹਿੰਦੇ ਜੀ ਭਾਰਤ ਦੀ ਆਜ਼ਾਦੀ ਦੀ ਲੜਾਈ 'ਚ ਇੱਕ ਨੇਵਲ ਮਿਊਟੀਨੀ ਹੋਈ ਆ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਭਾਰਤ ਦੇ ਫੌਜੀਆਂ ਨੇ ਅੰਗਰੇਜ਼ ਹਕੂਮਤ ਅੱਗੇ ਬਗਾਵਤ ਕਰਤੀ ਜਿਹੜੀ ਕਿ ਆਜ਼ਾਦੀ ਦੀ ਲੜਾਈ ਤੋਂ ਇੱਕ ਸਾਲ ਪਹਿਲਾਂ ਹੋਈ ਹੈ ਜਿਹਨੂੰ ਕਿ ਅਸੀਂ ਮੰਨ ਸਕਦੇ ਹਾਂ ਕਿ ਆਜ਼ਾਦੀ ਦੀ ਲੜਾਈ 'ਚ ਉਹਦਾ ਬੜਾ ਹੀ ਅਹਿਮ ਯੋਗਦਾਨ ਸੀ ਜਦੋਂ ਭਾਰਤ ਦੇ ਫੌਜੀ ਜਿਹੜੇ ਅੰਗਰੇਜ਼ਾਂ ਲਈ ਸਭ ਤੋਂ ਵੱਧ ਵਫ਼ਾਦਾਰ ਰਹੇ ਆ ਉਹਦੀ ਜਿਹੜੀ ਰਾਇਲ ਇੰਡੀਅਨ ਨੇਵੀ ਆ ਉਹਦੇ ਫੌਜੀਆਂ ਨੇ ਜਦੋਂ ਨੇਵਲ ਮਿਊਟੀਨੀ ਕਰਤੀ ਸੀਗੀ ਸਪੈਸ਼ਲੀ HMS ਤਲਵਾਰ ਜਿਹੜਾ ਕਿ ਇੱਕ ਉੱਥੇ ਸ਼ਿਪ ਦੇ ਬਾਹਰਲੇ ਪਾਸੇ ਦਾ ਏਰੀਆ ਸੀਗਾ ਤਲਵਾਰ ਦੇ ਉੱਥੇ ਖੜ ਕੇ ਲੋਕਾਂ ਨੇ ਉੱਥੋਂ ਦੇ ਫੌਜੀਆਂ ਨੇ ਉਸ ਟੁਕੜੀ ਦੇ ਫੌਜੀਆਂ ਨੇ ਬਗਾਵਤ ਕੀਤੀ ਆ ਠੀਕ ਆ ਸੋ ਇਹਦੇ 'ਚ ਕੀ ਸੀਗਾ ਇਸ ਬਗਾਵਤ ਦਾ ਭਾਰਤ ਦੀ ਪੋਲੀਟੀਕਲ ਪਾਰਟੀਆਂ ਨੇ ਸਾਥ ਨਹੀਂ ਦਿੱਤਾ ਇਹ ਬੰਦੇ ਅੰਗਰੇਜ਼ਾਂ ਦੇ ਖਿਲਾਫ ਲੜ ਰਹੇ ਸੀ ਅਤੇ ਫਿਰ ਭਾਰਤ ਦੀਆਂ ਪੋਲੀਟੀਕਲ ਪਾਰਟੀਆਂ ਸਾਥ ਕਿਉਂ ਨਹੀਂ ਸੀ ਦੇ ਰਹੀਆਂ ਵਜ੍ਹਾ ਇਹ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਹੁਣ ਆਜ਼ਾਦ ਹੋਣ ਵਾਲੇ ਹਾਂ ਜੇ ਅੱਜ ਅਸੀਂ ਆਪਣੀ ਸੈਨਾ ਦਾ ਸਾਥ ਦਿੱਤਾ ਕੱਲ੍ਹ ਨੂੰ ਆਜ਼ਾਦੀ ਤੋਂ ਬਾਅਦ ਇਹ ਸਾਡੇ ਖਿਲਾਫ ਬਗਾਵਤ ਕਰਨਗੇ ਅਤੇ ਫੌਜ ਦੀ ਬਗਾਵਤ ਕੋਈ ਸਰਕਾਰ ਨਹੀਂ ਝੱਲ ਸਕਦੀ ਅਤੇ ਤੁਹਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਲੀਗ ਕਾਂਗਰਸ ਸਭ ਨੇ ਇਸ ਬਗਾਵਤ ਦਾ ਵਿਰੋਧ ਕੀਤਾ ਇਹ ਬਗਾਵਤ 18 ਫਰਵਰੀ 1946 ਨੂੰ ਸਟਾਰਟ ਹੋਈ ਹੈ ਅਤੇ ਅਰੁਣਾ ਅਸ਼ਫ ਇਹ ਕਾਂਗਰਸੀ ਲੀਡਰ ਸੀ ਇੱਕ ਇਹ ਅਤੇ ਇੱਕ ਕਾਮਰੇਡ ਕਮਿਊਨਿਸਟ ਇਹ ਦੋ ਧੜੇ ਇੱਕ ਕਾਂਗਰਸ ਦਾ ਛੋਟਾ ਜਿਹਾ ਧੜਾ ਅਰੁਣਾ ਅਸ਼ਫ ਦੇ ਅੰਡਰ ਵਾਲਾ ਅਤੇ ਇੱਕ ਸੀਗੀ ਆਪਣੇ ਕਾਮਰੇਡ ਪਾਰਟੀ ਕਮਿਊਨਿਸਟ ਪਾਰਟੀ ਇਹਨਾਂ ਪਾਰਟੀਆਂ ਨੇ ਸਾਥ ਦਿੱਤਾ ਹੋਰ ਸਭ ਨੇ ਇਸ ਰਿਨ ਮਿਊਟੀਨੀ ਦਾ ਵਿਰੋਧ ਕੀਤਾ ਕਦੋਂ ਸ਼ੁਰੂ ਹੋਈ ਕਿੱਥੋਂ ਸ਼ੁਰੂ ਹੋਈ ਅਤੇ ਕਿੰਨੇ ਕਿੰਨੇ ਇਹਦਾ ਸਾਥ ਦਿੱਤਾ ਅਤੇ ਕਿੰਨੇ ਵਿਰੋਧ ਕੀਤਾ ਅਤੇ ਕਿਹਦੀ ਮਧਿਅਸਥਤਾ ਨਾਲ ਇਹ ਜਿਹੜੀ ਆ ਬਗਾਵਤ ਆ ਖਤਮ ਹੋਈ ਆ ਪਟੇਲ ਦੀ ਮਧਿਅਸਥਤਾ ਸੀ ਲੈਕਚਰ ਪੜ੍ਹਾਉਂਦੇ ਹੋਏ ਮੈਂ ਦੱਸਿਆ ਸੀ ਨਾ ਕਿ ਪਹਿਲਾਂ ਕਿਹਾ ਸੀ ਨਹਿਰੂ ਜੀ ਤੁਸੀਂ ਮਧਿਅਸਥਤਾ ਕਰੋ ਫਿਰ ਨਹਿਰੂ ਨੇ ਕੀ ਜਵਾਬ ਦਿੱਤਾ ਸੀ ਅਤੇ ਫਿਰ ਪਟੇਲ ਗਏ ਸੀ ਸਵਾਲ ਕਿਤੋਂ ਮਰਜ਼ੀ ਪੁੱਛਿਆ ਜਾ ਸਕਦਾ ਹੈ ਕਾਮਰੇਡਾਂ ਨੇ ਇਸ 'ਚ ਸਮਰਥਨ ਦਿੱਤਾ ਸੀ ਰਿਨ ਮਿਊਟੀਨੀ 'ਚ ਆਲ ਆਊਟ ਇੱਕ ਮੋਸਟ ਇੰਪੋਰਟੈਂਟ ਸੋ ਆਹ ਗੱਲ ਹੋ ਗਈ ਆਪਣੀ ਕਲੀਅਰ ਨੈਕਸਟ ਉਸ ਤੋਂ ਬਾਅਦ ਅੱਗੇ ਆ ਜਾਓ ਕਹਿੰਦੇ ਸਰ ਸੱਯਦ ਅਹਿਮਦ ਖਾਨ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਇੱਕ ਇਹੋ ਜਿਹੇ ਮੁਸਲਮਾਨ ਨੇ ਜਿਨ੍ਹਾਂ ਨੇ
सर सैयद अहमद खान एक अजिहे मुसलमान ने जिन्हां ने अंग्रेज़ां दे विच ब्रिटिश ते मुसलमानां दे विच यानी कि मुस्लिम्स दे विच पुल दा काम किया है। उन्हें मुसलमानों की तरक्की वास्ते मुहम्मदन एंगलो ओरिएंटल कॉलेज खोलिया अलीगढ़ 1875। सर सैयद अहमद खान बारे जदों मैं पढ़ाया तो मैं बड़ी डिटेल च पढ़ाया है, बिकॉज वो मुसलमानों वास्ते वक्खरा देश बनाना चाहते सी। मैनू लगता यह भी बिल्कुल गलत आ, मुख मुसलमानों वास्ते वक्खरा देश नहीं, वो मुसलमानों अंग्रेज़ों के नेड़े लैके जाना चाहते सी तां बनाया सी। ठीक है, उन्होंने कहा कि अगली गल उन्होंने कही आ, कहिंदे जी इन्हां ने मॉडर्न साइंस नू बिल्कुल डिनाउंस करता सी, बिल्कुल गलत। वह कहिंदे सी कि मुसलमानों नू जिहड़ी परंपरागत पढ़ाई आ उहदे नाल नाल मॉडर्न तरीके नाल अंग्रेज़ों के बराबर चलना पऊगा, तो अंग्रेज़ तुहानू नाल लैके चलणगे, नहीं तो अंग्रेज़ां ने तुहानू पछाड़ देना है। सो आ भी गल बिल्कुल गलत, आ भी गलत, आ भी गलत, ऑल आर फॉल्स। सो किड्डी इंपॉर्टेंट गल आ कि सानू इस गल बारे चंगी तरह समझ आ गई। सो बहुत इंपॉर्टेंट क्वेश्चन्स ने जिहड़े PCS दे पेपरां च आए हुए आ। सो आपां हर एक क्वेश्चन नू एक्सप्लोर कर रहे हैं। ठीक है, तो एक गल होर, तुसी इस PDF नू जिन्हां ने पढ़ना है ठीक है, वह अपने कोर्स ऐप दे विच मास्टर क्लासेस पटियाला दी ऐप डाउनलोड करके उहदे च जे तां तुसी नैब तहसीलदार ते ADTO दी तैयारी कर रहे हो तां नैब तहसीलदार प्लस ADTO दा कोर्स आ उहदे च जाके भी तुसी इस ऐप नू पढ़ इस कोर्स नू मतलब कि उहदे च प्रीवियस ईयर दा नाम दा एक फोल्डर बनया होया है, उहदे च तुसी प्रीवियस ईयर सोल्ड क्वेश्चनस ते जे तुसी रजिस्टर वाले च जाना चाहुंदे हो तां सेम उहदे च भी इही फोल्डर बनया होऊगा, ते जे तुसी PCS प्री कम मेंस च जाना चाहुंदे हो तां उहदे च भी फोल्डर बनया होऊगा प्रीवियस ईयर सोल्ड पेपरस। बस उहदे च ब्रैकेट पाया होऊगा कि प्रीवियस ईयर सोल्ड पेपरस ब्रैकेट च ऑब्जेक्टिव। ठीक है, सो तुसी किसी भी फोल्डर च जाके ये वीडियो नू ते उहदे थल्ले आ PDF नू पढ़ सकते हो। तो जे किसी ने कोर्स च नहीं इनरोल होया तां भी कोई चक्कर नहीं, उत्थे अनलॉक पई होगी है फाइल, लॉक नहीं होगी अनलॉक पई होगी, तां जो तुसी उत्थों इहनू बड़ी आसानी नाल पढ़ सको। तो उत्थे कल्ली इह फाइल नहीं, इहदे नाल पंजाब दे क्वेश्चन सॉल्व कराए हुए आ वह भी पए आ, उस तो बाद पॉलिटी होनी आ, फिर उस तो बाद साइंस होनी आ, चौथा पंजवां सारे सबजैक्ट कवर होने आ। ठीक है, सो नैक्सट उस तो बाद अगला सवाल अपने कोल आ गया, कहिंदे सवाल यह आ कि कीड़ी गल सही आ, महात्मा गांधी ने बड़दौली सत्याग्रह जिहड़ा सीगा उहनू लीड किया तां कि जिहड़े बॉम्बे प्रेजीडेंसी टैक्स वध रहे सी, बॉम्बे प्रेजीडेंसी की सरकार जिहड़ी बॉम्बे की सरकार सी अंग्रेज़ हुकूमत 1928 उन्होंने 30% बड़दौली टैक्स वधाता, उहदे करके लोगों को पैसे नहीं सी हैगे क्योंकि अकाल पिया होया सी, लोगों ने रौला पाता, बुरा पूरा चकमा रौला पाता। ठीक है, इस करके टैक्स वधा के 30% करता, तो इस अंदोलन नू सरदार पटेल ने लीड किया सी। सो जिहड़े लोग सीगे वह पटेल को गए तो उन्होंने कहा कि तुसी साडे नुमाइंदे बनो तो सरकार नाल गल करो, गांधी जी ने नहीं इनवाइट किया, लोगों ने पीपल इनवाइटड पटेल साहब, सो लोगों ने उन्होंने इनवाइट किया। ठीक है, उस तो बाद उन्होंने आपू पुछया, उन्होंने आपू किया है कि हाँ बहुत सारिया औरतों ने इस मूवमेंट पार्ट किया, बिल्कुल सही, तो उन्होंने पटेल को सरदार की उपाधि दी है, बिल्कुल सही गल, बड़दौली अंदोलन च पटेल साहब न सरदार की उपाधि उतों दौरतों ने दी है, लोगों ने उन्होंने बुलाया सी, एक तो टैक्स बाद घटा के 22% हो गया, वह भी कहता कि जदों ठीक होणगे हालात उदों दिता जाऊगा। सो कई सही ऑप्शन कही है, पहली भी सही होंगी होंगी गलत होगी, दूजी भी सही होंगी होंगी गलत होगी, सो करैक्ट ऑप्शन इज़ दी थर्ड वन सी ऑप्शन, मतलब कि ओनली थ्री यानी कि बी ऑप्शन। सो आ सारी स्टोरी जी है जी वो मैं तुहाडे सामने पेश करके रखती है जी, आ सारा कुछ एवें आ। ठीक है, सो मैं हजे भी कह रहा कि मास्टर क्लासिज पटियाला की ऐप डाउनलोड करन दा एक तरीका आए तुहाडे कोल माई इंस्टीट्यूट ऐप आईफोन वालियां लई, ते कोड आ MVWOG ते नॉर्मल माइक मास्टर क्लासिज पटियाला। ठीक है, तो मास्टर क्लासिज पटियाला ना दियाँ जे एंड्रॉयड ते दो ऐप भी आ गई तो तुसी एस लोगो वाली ऐप डाउनलोड करनी है जिहड़ा आ लोगो आ। ठीक है, मास्टर क्लासिज पटियाला दी आ ऐप, तो ये की है इहदा मतलब कि आ नंबर ते आ नंबर इन्हां चों किसी भी एक नंबर ते कॉल करके तुसी मतलब कि साडा कोर्स जिहड़ा है वह देख सकते हो। ठीक है, सो ये हो गया जी, इस तो पहला जिहड़ी मैं वीडियो बना चुके हैं वह हैगी है जी, इस तो नाल ही पई है वीडियो थले वाली, पहला इस तो पहला उही वीडियो आई है पंजाब दे पेपर पुराने पेपरां दे 35 सवाल, हुण मैं बनाती है जी मॉडर्न हिस्टरी, इस तो बाद जी अगली वीडियो आप लैके आ रहे हैं वह लैके आ रहे हैं पॉलिटी की, पॉलिटी लै पार्ट वन, फिर पॉलिटी पार्ट टू, फिर उस तो बाद साइंस। ठीक है, सो सारे सबजैक्ट जोड़े आ वो इतें कवर कराऊंगा मैं,
ਤੇ ਇਥੋਂ ਕਿਉਂਕਿ ਬਹੁਤ ਸਾਰੀਆਂ ਕੁਐਰੀਜ਼ ਐਵੇਂ ਦੀਆਂ ਹੈ ਕਿ ਸਰ ਤੁਸੀਂ ਆਪਣੇ ਕੋਰਸ 'ਚ ਸਾਰੀਆਂ ਵੀਡੀਓਜ਼ ਆਪ ਹੀ ਪਾਈਆਂ ਕਿ ਇੱਕੋ ਜਾਣੇ ਤੋਂ ਅਸੀਂ ਪੜ੍ਹ ਕੇ ਸਾਡੇ ਵਾਸਤੇ ਕੁਆਲਿਟੀ ਨਾਲ ਕੰਪਰੋਮਾਈਜ਼ ਤਾਂ ਨਹੀਂ ਹੋਊਗਾ। ਮੈਂ ਕਹਿੰਦਾ ਹੋ ਵੀ ਸਕਦਾ ਹੈ, ਕੋਈ ਚੱਕਰ ਵਾਲੀ ਗੱਲ ਨਹੀਂ, ਪਰ ਤੁਸੀਂ ਮੇਰੀ ਸਾਰੇ ਸਬਜੈਕਟਾਂ 'ਚ ਜੋ ਮੈਂ ਪੜ੍ਹਾ ਰਿਹਾ ਉਹਨੂੰ ਚੈੱਕ ਕਰੋ। ਜੇ ਤੁਹਾਨੂੰ ਲੱਗਦੀ ਹੈ ਕਿਤੇ ਸ਼ੰਕਾ ਹੈ ਕਿ ਹਾਂ ਇੱਕੋ ਬੰਦਾ PPSC ਦੇ ਲੈਵਲ ਦੀ ਤਿਆਰੀ ਨਹੀਂ ਕਰਵਾ ਸਕਦਾ, ਤਾਂ ਤੁਸੀਂ ਖਾਰਜ ਵੀ ਕਰ ਸਕਦੇ ਹੋ। ਜਦੋਂ ਤੁਸੀਂ ਮੈਨੂੰ ਪਾਸ ਕਰਨਾ ਹੈ ਜਾਂ ਫੇਲ ਕਰਨਾ ਹੈ, ਉਸ ਤੋਂ ਪਹਿਲਾਂ ਮੇਰੇ ਲੈਕਚਰ ਸੁਣੇ ਹੋਣ, ਫਿਰ ਪਾਸ ਜਾਂ ਫੇਲ ਹੋਣ ਦਾ ਵੀ ਸਵਾਦ ਆ ਕਿ ਹਾਂ ਅਗਲੇ ਨੇ ਸਾਨੂੰ ਪੂਰਾ ਮੌਕਾ ਦਿੱਤਾ। ਉਮੀਦ ਕਰਦਾ ਕਿ ਤੁਹਾਨੂੰ ਮੇਰਾ ਇਹ ਲੈਕਚਰ ਸਮਝ ਆ ਗਿਆ ਹੋਊਗਾ। ਅੱਜ ਵਾਸਤੇ ਇੰਨਾ ਹੀ ਬਹੁਤ ਆ ਜੀ, ਧੰਨਵਾਦ।